ਕਿ ਉਹਨਾਂ ਨੂੰ ਸਕਾਉਟ ਕਰਕੇ ਲੈ ਕੇ ਆਉਣ ਸਟੇਜ ਤੇ ਸਤਨਾਮ ਸਿੰਘ ਮਾਨਿਕ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਮੈਂ ਸ਼੍ਰੀ ਹਰਦੇਵ ਅਰਸ਼ੀ ਜੀ ਨੂੰ ਬੇਨਤੀ ਕਰੂੰਗਾ ਜਿਹੜੇ ਕਿ ਭਾਰਤੀ ਕਮਿਊਨਿਸਟ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਉਹ ਵੀ ਸਟੇਜ ਤੇ ਆ ਜਾਣ ਮਹਿਮਾਨ ਖ ਸਾਹਿਬ ਨੂੰ ਕਹੂੰਗਾ ਕਿ ਉਹ ਲੈ ਆਉਣ ਪਲੀਜ਼ ਹਰਦੇਵ ਸਿੰਘ ਅਰਸ਼ੀ ਜੀ ਤੇ ਮੈਂ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਰਿਪਰੈਜ਼ੈਂਟੇਟਿਵ ਡਾਕਟਰ ਪੀਮ ਇੰਦਰ ਸਿੰਘ ਜੀ ਨੂੰ ਕਿ ਉਹ ਵੀ ਸਟੇਜ ਤੇ ਆ ਜਾਣ ਤੇ ਮਹਿਮਾਨਕ ਸਾਹਿਬ ਨੂੰ ਕਹੂੰਗਾ ਕਿ ਉਹਨਾਂ ਨੂੰ ਸਕਾਟ ਕਰਕੇ ਸਟੇਜ ਉੱਪਰ ਲੈ ਆਉਣ ਡਾਕਟਰ ਪੀਮ ਇੰਦਰ ਸਿੰਘ ਮੈਂ ਬੇਨਤੀ ਕਰੂੰਗਾ ਸਰਦਾਰ ਇਕਵਾਲ ਸਿੰਘ ਲਾਲਪੁਰਾ ਜੀ ਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਮਹਿਮਾਨਕ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਇਹਨਾਂ ਨੂੰ ਸਟੇਜ ਉੱਪਰ ਲੈ ਆਉਣ ਤੇ ਇਸ ਦੇ ਨਾਲ ਹੀ ਮੈਂ ਪਲੀਜ਼ ਬੈਠੋ ਜੀ ਹਾਲਾਂਕਿ ਸਾਰੇ ਅੱਜ ਚੰਗਾ ਜਿਹਾ ਨਹੀਂ ਲੱਗਦਾ ਤੇ ਇਸ ਦੇ ਨਾਲ ਹੀ ਮੈਂ ਇਹ ਸੂਚਨਾ ਦੇ ਰਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਮਨਪ੍ਰੀਤ ਬਾਦਲ ਜੀ ਆ ਰਹੇ ਨੇ ਜਿਹੜੇ ਥੋੜਾ ਜਿਹਾ ਲੇਟ ਜੁਆਇਨ ਕਰਨਗੇ ਕਿਉਂਕਿ ਉਹਨਾਂ ਨੂੰ ਸਾਡੇ ਤੋਂ ਥੋੜਾ ਲੇਟ ਕਨਵੇ ਕਰ ਹੋਇਆ ਸੀ ਇਸ ਕਰਕੇ ਉਹ ਆ ਕੇ ਇੱਕ ਵਾਰੀ ਗਏ ਨੇ ਜਿਹੜੀ ਉਹਨਾਂ ਦੀ ਪਹਿਲਾਂ ਦੀ ਕਮਿਟਮੈਂਟ ਸੀ 10 15 ਮਿੰਟ 20 ਮਿੰਟ ਤੋਂ ਬਾਅਦ ਉਹ ਵੀ ਜੁਆਇਨ ਕਰ ਜਾਣਗੇ ਮਨਪ੍ਰੀਤ ਬਾਦਲ ਜੀ ਥੋੜੀ ਦੇਰ ਬਾਅਦ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਤੁਸੀਂ ਕੱਲ ਤੋਂ ਅੱਜ ਤੱਕ ਇਸ ਵਿਸ਼ੇ ਪੰਜਾਬੀ ਕਾਨਫਰੰਸ ਦੇ ਗਵਾਹ ਤੁਸੀਂ ਇਸ ਵਿਸ਼ੇ ਪੰਜਾਬੀ ਕਾਨਫਰੰਸ ਦੇ ਵਿੱਚ ਬਹੁਤ ਹੀ ਜਿਹੜਾ ਉਹ ਕਨਸੈਂਟਰੇਸ਼ਨ ਨਾਲ ਇਕਾਗਰਤਾ ਨਾਲ ਹਿੱਸਾ ਲੈ ਰਹੇ ਹੋ ਕੱਲ ਤੋਂ ਅੱਜ ਤੱਕ ਆਪਾਂ ਬਹੁਤ ਸਾਰੇ ਮਸਲਿਆਂ ਉੱਤੇ ਵਿਚਾਰਾਂ ਕੀਤੀਆਂ ਨੇ ਤੁਸੀਂ ਬਹੁਤ ਹੀ ਗੰਭੀਰਤਾ ਦੇ ਨਾਲ ਪੰਜਾਬ ਦੇ ਮਸਲਿਆਂ ਉੱਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਉਸ ਤੋਂ ਪਹਿਲਾਂ ਕਿ ਮੈਂ ਇਹ ਸ਼ੁਰੂ ਕਰਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇੱਥੇ ਬੁਲਾਉਣ ਲਈ ਕਹਾ ਕਿ ਉਹ ਪੰਜਾਬ ਦੇ ਮਸਲਿਆਂ ਬਾਰੇ ਕੀ ਸੋਚਦੇ ਨੇ ਉਹਨਾਂ ਦੇ ਮਾਈਂਡ ਵਿੱਚ ਕਿਸ ਤਰ੍ਹਾਂ ਦਾ ਵਿਜ਼ਨ ਹੈ ਉਹਨਾਂ ਦੇ ਕੀ ਪਾਰਟੀ ਪ੍ਰੋਗਰਾਮ ਨੇ ਉਹ ਕਿਸ ਤਰ੍ਹਾਂ ਪੰਜਾਬ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਲੋਚਦੇ ਨੇ ਆਪਾਂ ਉਹਨਾਂ ਨੂੰ ਜ਼ਰੂਰ ਸੱਦਾ ਦੇਾਂਗੇ ਉਸ ਤੋਂ ਪਹਿਲਾਂ ਮੈਂ ਬਹੁਤ ਹੀ ਸੰਖੇਪ ਦੇ ਵਿੱਚ ਇਹ ਰਿਪੋਰਟਿੰਗ ਜ਼ਰੂਰ ਉਹਨਾਂ ਨੂੰ ਕਰ ਦੇਵਾਂ ਕਿ ਕੱਲ ਤੋਂ ਅੱਜ ਤੱਕ ਜਿਹੜੀਆਂ ਅਸੀਂ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਮਸਲੇ ਉੱਭਰੇ ਨੇ ਸਭ ਤੋਂ ਪਹਿਲਾ ਮਸਲਾ ਤਾਂ ਇਹ ਉਭਰਿਆ ਜੀ ਕਿ ਪੰਜਾਬ ਦੀ ਜੋ ਸਿੱਖਿਆ ਪ੍ਰਣਾਲੀ ਹੈ ਉਹ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਜਿਹੜਾ ਉਹ ਅਸਫਲ ਹੋ ਚੁੱਕੀ ਹੈ ਉਹਦੇ ਵਿੱਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਸਰਕਾਰੀ ਸਿੱਖਿਆ ਬਿਲਕੁਲ ਨਿਗਾਰਵਲ ਜਾ ਚੁੱਕੀ ਹੈ ਯੂਨੀਵਰਸਿਟੀਆਂ ਜਿੱਥੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਨੂੰ ਫੰਡਸ ਨਹੀਂ ਮਿਲ ਰਹੇ ਨਵੀਆਂ ਪੋਸਟਾਂ ਨਾ ਕਾਲਜਾਂ ਵਿੱਚ ਆ ਰਹੀਆਂ ਤੇ ਨਾ ਯੂਨੀਵਰਸਿਟੀਆਂ ਵਿੱਚ ਭਰਨ ਦੀ ਆਗਿਆ ਦਿੱਤੀ ਜਾ ਰਹੀ ਹੈ ਸਰਕਾਰੀ ਕਾਲਜਾਂ ਵਿੱਚ ਜਿਹੜੀਆਂ ਉਹ ਸਾਰੇ ਸਬਜੈਕਟਸ ਦੇ ਵਿੱਚ ਪਿਛਲੇ ਕਿੰਨੇ ਸਾਲਾਂ ਤੋਂ ਜਿਹੜਾ ਉਹ ਲਗਭਗ 15 ਸਾਲ ਤੋਂ ਭਰਤੀ ਜਿਹੜੀ ਹੈ ਉਹ ਬੰਦ ਪਈ ਹੈ ਉਸ ਭਰਤੀ ਨੂੰ ਬੰਦ ਕਰਨ ਦੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਹੁਣ ਹੁਣ ਤੱਕ ਵੀ ਪਿਛਲੇ 15 ਸਾਲਾਂ ਦੇ ਵਿੱਚ ਇਹੋ ਜਿਹਾ ਬਜਟ ਜਾਂ ਇਹੋ ਜਿਹਾ ਵਿਜ਼ਨ ਜਿਹੜਾ ਉਹ ਮਹਈਆ ਨਹੀਂ ਕੀਤਾ ਗਿਆ ਜਿਹਦੇ ਨਾਲ ਪੰਜਾਬ ਦੇ ਕਾਲਜਾਂ ਵਿੱਚ ਔਰ ਪੰਜਾਬ ਦੇ ਸਕੂਲਾਂ ਵਿੱਚ ਜਿਹੜੇ ਉਹ ਪੜਾਉਣ ਵਾਲੇ ਜਿਹੜੇ ਆ ਉਹ ਉਨੀ ਤਾਦਾਦ ਵਿੱਚ ਹੁਣ ਜਿੰਨੀ ਤਾਦਾਦ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚੇ ਆ ਰਹੇ ਨੇ ਔਰ ਮਿਆਰੀ ਸਿੱਖਿਆ ਦੀ ਘਾਟ ਜਿਹੜੀ ਹੈ ਉਹ ਲਗਾਤਾਰ ਰੜਕ ਰਹੀ ਹੈ ਔਰ ਬੱਚੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਪੜ ਵੀ ਜਾਂਦੇ ਆ ਉਹਨਾਂ ਨੂੰ ਪ੍ਰੋਪਰ ਨੌਕਰੀਆਂ ਨਹੀਂ ਮਿਲ ਰਹੀਆਂ ਇਸ ਕਰਕੇ ਰੋਜ਼ਗਾਰ ਦਾ ਮਸਲਾ ਜਿਹੜਾ ਉਹ ਬਹੁਤ ਗੰਭੀਰਤਾ ਨਾਲ ਸਾਡੇ ਅੱਗੇ ਖੜਾ ਹੈ ਔਰ ਉਸ ਰੋਜ਼ਗਾਰ ਦੇ ਮਸਲੇ ਨੇ ਜਿਹੜਾ ਉਹ ਅੱਗੋਂ ਬਹੁਤ ਸਾਰੀਆਂ ਅਲਾਮਤਾਂ ਨੂੰ ਜਨਮ ਦਿੱਤਾ ਹੋਇਆ ਜਿਹਦੇ ਵਿੱਚ ਨਸ਼ੇ ਨੇ ਜਿਹਦੇ ਵਿੱਚ ਹੋਰ ਜਿਹੜੇ ਉਹ ਗੈਂਗਸਟਰ ਪੈਦਾ ਹੋ ਰਹੇ ਨੇ ਇਹਨਾਂ ਸਾਰਿਆਂ ਮਸਲਿਆਂ ਦਾ ਜਿਹੜਾ ਉਹ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਕੋਲ ਕਿਹੋ ਜਿਹਾ ਹੱਲ ਹੈ ਅਸੀਂ ਚਾਹਾਂਗੇ ਕਿ ਉਹ ਇਸ ਮੰਚ ਦੇ ਉੱਤੋਂ ਉਸ ਹੱਲ ਨੂੰ ਜਿਹੜਾ ਉਹ ਜ਼ਰੂਰ ਸਾਡੇ ਸਾਹਮਣੇ ਰੱਖਣ ਦਾ ਯਤਨ ਕਰਨ ਇਸ ਤੋਂ ਬਿਨਾ ਪੰਜਾਬ ਦੀ ਖੇਤੀਬਾੜੀ ਦਾ ਮਸਲਾ ਜਿਹੜਾ ਉਹ ਬਹੁਤ ਹੀ ਉੱਭਰ ਕੇ ਸਾਹਮਣੇ ਆਇਆ ਕਿਸਾਨ ਖੁਦਕਸ਼ੀਆਂ ਲਈ ਮਜਬੂਰ ਹੋ ਰਹੇ ਨੇ ਖੇਤੀ ਲਗਾਤਾਰ ਜਿਹੜੀ ਹੈ ਉਹ ਲਾਭਕਾਰੀ ਕਿਤੇ ਤੋਂ ਆਪਣੇ ਆਪ ਨੂੰ ਪਾਸਾ ਬਟ ਰਹੀ ਹੈ ਔਰ ਲਗਾਤਾਰ ਜਿਹੜਾ ਉਹ ਕਿਸਾਨ ਘਾਟੇ ਵਿੱਚ ਜਾ ਰਿਹਾ ਕਿਸਾਨ ਦੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਮੰਡੀਆਂ ਦੇ ਵਿੱਚ ਕਣਕ ਰੋਲਦੀ ਹੈ ਝੋਨਾ ਰੋਲਦਾ ਤੇ ਦੂਸਰੀ ਗੱਲ ਇਹ ਕਿ ਝੋਨੇ ਦੀ ਬਹਤਾਤ ਹੋਣ ਨਾਲ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਪੰਜਾਬ ਦਾ ਔਰ ਜਿਵੇਂ ਜਿਵੇਂ ਜਿਹੜਾ ਉਹ ਪਾਣੀ ਥੱਲੇ ਜਾ ਰਿਹਾ ਜਿਵੇਂ ਜਿਵੇਂ ਕੀਟਨਾਸ਼ਕ ਦਵਾਈਆਂ ਦਾ ਛੜਕਾਹ ਹੋ ਰਿਹਾ ਤੇਵੇਂ ਤੇਵੇਂ ਸਾਡਾ ਵਾਤਾਵਰਣ ਜਿਹੜਾ ਉਹ ਗੰਧਲਾ ਹੋ ਰਿਹਾ ਤੇ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਕਿਹੋ ਜਿਹਾ ਵਿਜ਼ਨ ਹੈ ਕਿ ਉਹ ਇਸ ਗੰਧਲੇ ਹੋ ਰਹੇ ਜਿਹੜਾ ਉਹ ਵਾਤਾਵਰਣ ਨੂੰ ਬਚਾਉਣ ਲਈ ਕੀ ਯਤਨ ਜਿਹੜੇ ਉਹ ਕਰਨ ਦੇ ਉਪਰਾਲੇ ਕਰ ਸਕਦੀਆਂ ਨੇ ਜਾਂ ਕਿਸ ਤਰ੍ਹਾਂ ਦਾ ਰੋਡ ਮੈਪ ਉਹਨਾਂ ਦੇ ਮਨ ਵਿੱਚ ਹੈ ਜਰੂਰ ਸਾਡੇ ਨਾਲ ਸਾਂਝਾ ਕਰਨ ਔਰ ਇਹਦੇ ਬਾਰੇ ਜਿਹੜਾ ਉਹ ਸੋਚਣ ਲਈ ਜਿਹੜਾ ਉਹ ਸੋਚਣਾ ਸ਼ੁਰੂ ਕਰਨ ਤੇ ਤੀਸਰਾ ਸੰਨ ਦਾ ਕਰ ਰਿਹਾ ਕਿ ਬਿਜਲੀ ਮਿਲਦੀ ਰਹੀ ਸੀ ਬਾਅਦ ਚ ਭਾਵੇਂ ਬਿਜਲੀ ਦੇ ਸੰਕਟ ਨੂੰ ਦੂਰ ਕਰਨ ਲਈ ਬਹੁਤ ਸਾਰੇ ਉਪਰਾਲੇ ਹੋਏ ਬਾਦਾਲੀਆਂ ਸਰਕਾਰਾਂ ਨੇ ਕੀਤੇ ਵੀ ਉਹ ਸੰਕਟ ਜ਼ਰੂਰ ਦੂਰ ਹੋ ਗਿਆ ਪਰ ਉਸ ਸੰਕਟ ਦੇ ਦੂਰ ਹੋਣ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਾਡੀ ਸਨਤ ਜਿਹੜੀ ਹੈ ਉਹ ਗਵਾਂਡੀ ਪਹਾੜੀ ਰਾਜ ਵਿੱਚ ਸ਼ਿਫਟ ਕਰ ਚੁੱਕੀ ਸੀ ਹਿਜਰਤ ਕਰ ਚੁੱਕੀ ਸੀ ਇਹ ਮਸਲਾ ਬਹੁਤ ਗੰਭੀਰ ਹੈ ਕਿ ਸਨਤ ਨੂੰ ਕਿਸ ਤਰ੍ਹਾਂ ਵਾਪਸ ਜਿਹੜਾ ਉਹ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਇਹਦੇ ਬਾਰੇ ਵੀ ਰਾਸੀ ਪਾਰਟੀਆਂ ਕਿਵੇਂ ਸੋਚਦੀਆਂ ਜ਼ਰੂਰ ਆਪਣੇ ਵਿਚਾਰ ਰੱਖਣ ਤੇ ਇਸ ਤੋਂ ਬਿਨਾਂ ਸਿਹਤ ਸਹੂਲਤਾਂ ਜਿਵੇਂ ਜਿਵੇਂ ਵਾਤਾਵਰਨ ਵਿਗੜ ਰਿਹਾ ਔਰ ਜਿਵੇਂ ਜਿਵੇਂ ਜਿਹੜਾ ਉਹ ਫੰਡਸ ਦੀ ਘਾਟ ਆ ਰਹੀ ਹੈ ਜਿਵੇਂ ਜਿਵੇਂ ਜਿਹੜਾ ਉਹ ਸਿਸਟਮ ਜਿਹੜਾ ਸਾਡਾ ਉਹ ਵਿਗੜ ਰਿਹਾ ਉਹਦੇ ਚ ਸਰਕਾਰੀ ਹਸਪਤਾਲ ਜਿਹੜੇ ਆ ਉਹ ਬਿਲਕੁਲ ਆਪਣਾ ਯੋਗਦਾਨ ਪਾਉਣ ਇਹ ਸਾਰੀਆਂ ਜਿਹੜੀਆਂ ਉਸ ਸਮਸਿਆਵਾਂ ਨੇ ਭਾਸ਼ਾ ਦੇ ਮਸਲੇ ਸੱਭਿਆਚਾਰ ਦੇ ਮਸਲੇ ਸਿਹਤ ਦੇ ਮਸਲੇ ਖੁਦਕੁਸ਼ੀਆਂ ਦੇ ਮਸਲੇ ਵਾਤਾਵਰਨ ਦੇ ਮਸਲੇ ਸਿੱਖਿਆ ਦੇ ਮਸਲੇ ਰੋਜ਼ਗਾਰ ਦੇ ਮਸਲੇ ਇਹਨਾਂ ਸਾਰਿਆਂ ਨੂੰ ਜਿਹੜਾ ਅਸੀਂ ਇਹ ਪੈਟਰਨ ਇਹ ਰੱਖਾਂਗੇ ਡਿਸਕਸ਼ਨ ਦਾ ਕਿ ਸਾਰੀਆਂ ਪਾਰਟੀਆਂ 10 ਮਿੰਟ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ 10 ਤੋਂ 12 ਮਿੰਟ ਤੱਕ ਉਹ ਆਪਣੀ ਗੱਲ ਕਰਨ ਬਾਅਦ ਦੇ ਵਿੱਚ ਜਿਹੜਾ ਉਹ ਓਪਨ ਡਿਸਕਸ਼ਨ ਹੋਏਗੀ ਫਿਰ ਕੁਝ ਲੋਕਾਂ ਦੇ ਸਵਾਲ ਆਉਣਗੇ ਤੇ ਜਿਹਦੇ ਬਾਰੇ ਜਿਹੜਾ ਉਹ ਕਰਨਗੇ ਤੇ ਮੈਂ ਜਿਹੜਾ ਉਹ ਇੱਕ ਗੱਲ ਹੋਰ ਕਰਦਾ ਕਿ ਜਿਵੇਂ ਜਿਵੇਂ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਮੈਂ ਇੱਕ ਜਿਹੜੀ ਉਹ 70 ਨਾਲ ਗੱਲ ਇਹ ਨਵੇੜ ਕੇ ਤੇ ਪਹਿਲੇ ਬੁਲਾਰੇ ਮੈਂ ਚਾਹੂੰਗਾ ਕਿ ਹਰਦੇਵ ਅਰਸ਼ੀ ਹੁਣਾਂ ਤੋਂ ਮੈਂ ਸ਼ੁਰੂ ਕਰੂੰਗਾ ਪਹਿਲਾਂ ਤੇ ਇੱਕ ਗੱਲ ਮੈਂ ਇਹ ਸ਼ੁਰੂ ਕਰੂੰਗਾ ਗੱਲ ਇਹ ਕਰੂੰਗਾ ਕਿ ਜਿਵੇਂ ਜਿਵੇਂ ਆਮ ਤੌਰ ਤੇ ਇਹ ਸਾਡੇ ਮਨਾਂ 'ਚ ਇਹ ਗੱਲ ਬਸੀ ਹੋਈ ਹੈ ਕਿ ਜਿਵੇਂ ਜਿਵੇਂ ਜਿਹੜਾ ਉਹ ਸੱਤਾ ਦੇ ਉੱਤੇ ਪਕੜ ਵੱਧਦੀ ਜਾਂਦੀ ਹੈ ਉਵੇਂ ਉਵੇਂ ਜਿਹੜੀ ਹੈ ਉਹ ਜਵਾਬਦੇਹੀ ਰਾਜਨੀਤਿਕ ਲੀਡਰਾਂ ਦੀ ਘਟਦੀ ਜਾਂਦੀ ਹੈ ਇਸ ਗੱਲ ਬਾਰੇ ਵੀ ਚੇਤਨ ਹੋਣ ਦੀ ਬੇਹੱਦ ਜ਼ਰੂਰਤ ਹੈ ਜੇ 100% ਸੱਤਾ ਤੇ ਕਬਜ਼ਾ ਹੋ ਜਾਏ ਤਾਂ ਜਵਾਬਦੇਹੀ 0% ਹੋ ਜਾਂਦੀ ਹੈ ਇਸ ਨੂੰ ਵੀ ਧਿਆਨ ਵਿੱਚ ਰੱਖ ਕੇ ਜ਼ਰੂਰ ਆਪਣੀਆਂ ਗੱਲਾਂ ਹੋ ਕਰਨ ਮੈਂ ਹਰਦੇਵ ਸਿੰਘ ਅਰਸ਼ੀ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਸੀਪੀਆਈ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਉਹ ਸਭ ਤੋਂ ਪਹਿਲਾਂ ਆਪਣੀ ਗੱਲ ਕਹਿਣ ਕੋਸ਼ਿਸ਼ ਕਰਨ ਕਿ 10 ਮਿੰਟ ਦੇ ਵਿੱਚ ਆਪਣੀ ਗੱਲ ਕਹਿਣ ਵਾਟ ਵਾਟ ਮਿਹਰਬਾਨੀ 10 ਮਿੰਟ ਦਸਮਾ ਬਹੁ ਸੀਮਤ ਸਮਾਂ ਉਹਦੀ ਬਚਤ ਕਰਦਾ ਹੋਇਆ ਮੈਂ ਮਾਫੀ ਚਾਹੁੰਨਾ ਕਿ ਮੈਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਸੰਬੋਧਨ ਕਰਨ ਦਾ ਜਿਹੜਾ ਸਮਾਂ ਉਸ ਤੋਂ ਸੰਕੋਚ ਕਰੂੰਗਾ ਜੋਲ ਸਾਹਿਬ ਨੇ ਜਿਹੜੀ ਜਾਣ ਪਛਾਣ ਕਰਵਾਈ ਹੈ ਸਬਜੈਕਟ ਦੇ ਬਾਰੇ ਵਿਸ਼ੇ ਦੇ ਬਾਰੇ ਉਹਨੇ ਮੈਨੂੰ ਬੋਲਣ ਦੇ ਵਿੱਚ ਥੋੜੀ ਜਿਹੀ ਦੁਬਧਾ ਪੈਦਾ ਕਰ ਦਿੱਤੀ ਹੈ ਕਿਉਂਕਿ ਵਿਸ਼ਵ ਪੰਜਾਬੀ ਕਾਨਫਰੰਸ ਔਰ ਉਹਨਾਂ ਦੇ ਸਹਿਯੋਗੀ ਪੰਜਾਬ ਵਾਰਡ ਕੌਂਸਲ ਉਹਨਾਂ ਵੱਲੋਂ ਇਹ ਸਮਾਗਮ ਦਾ ਕੱਲ ਤੋਂ ਜਿਹੜਾ ਆਰੰਭ ਕੀਤਾ ਗਿਆ ਆਯੋਜਨ ਕੀਤਾ ਗਿਆ ਜਦੋਂ ਸੱਦਾ ਪੱਤਰ ਦਿੱਤਾ ਗਿਆ ਪਹਿਲਾਂ ਉਦੋਂ ਵੀ ਸ਼ਾਇਦ ਜਿਵੇਂ ਮੇਰੇ ਸਮਝਣ ਦੇ ਵਿੱਚ ਜੇ ਕੋਈ ਮੈਂ ਗਲਤਫਹਿਮੀ ਨਹੀਂ ਉਦੋਂ ਵੀ ਕੇਵਲ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਪੰਜਾਬੀ ਭਾਸ਼ਾ ਦੇ ਮਾਨ ਸਨਮਾਨ ਵਾਸਤੇ ਰਾਜਨੀਤਿਕ ਪਾਰਟੀਆਂ ਦੀ ਬਖਰੀਆਂ ਬਖਰੀਆਂ ਰਾਜਨੀਤਿਕ ਪਾਰਟੀਆਂ ਦੀ ਕੀ ਸਮਝ ਹੈ ਜੋ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ ਅਸੀਂ ਇਹਦੇ ਬਾਰੇ ਜਾਣਨਾ ਚਾਹਾਂਗੇ ਮੈਂ ਤੇ ਆਪਣੇ ਵੱਲੋਂ ਉਸ ਸੰਬੰਧ ਦੇ ਵਿੱਚ ਜੋ ਮੇਰੀ ਪਾਰਟੀ ਦਾ ਦ੍ਰਿਸ਼ਟੀਕੋਣ ਹੈ ਜੋ ਮੇਰੀ ਪਾਰਟੀ ਦਾ ਹੁਣ ਤੱਕ ਰੋਲ ਰਿਹਾ ਹੈ ਔਰ ਭਵਿੱਖ ਦੇ ਵਿੱਚ ਵੀ ਜੋ ਸਾਡਾ ਇੱਕ ਭਵਿੱਖ ਨਕਸ਼ਾ ਹੈ ਪੰਜਾਬੀ ਭਾਸ਼ਾ ਦੇ ਮਾਨ ਸਨਮਾਨ ਵਾਸਤੇ ਇਹਨੂੰ ਬਣਦਾ ਜਿਹੜਾ ਆਪਣੀ ਸੁਸਾਇਟੀ ਦੇ ਵਿੱਚ ਮਾਨ ਸਨਮਾਨ ਦੇਣ ਵਾਸਤੇ ਮੈਂ ਤੇ ਉਹਦੇ ਤੱਕ ਆਪਣੀ ਜਿਹੜੀ ਹੈ ਵਿਸ਼ਾ ਉਹਨੂੰ ਸੀਮਤ ਕੀਤਾ ਸੀ ਜਿਹੜਾ ਵਿਸ਼ੇ ਦਾ ਜ਼ਿਕਰ ਜੋਲ ਸਾਹਿਬ ਨੇ ਕੀਤਾ ਹੈ ਨਾਤੇ 10 ਮਿੰਟਾਂ ਤੱਕ ਇਨਸਾਫ ਹੋ ਸਕਦਾ ਹੈ ਔਰ ਇਹ ਵਿਸ਼ਾ ਐਡਾ ਵਸੀਹ ਹੈ ਕਿ ਜੇ ਮੈਂ ਉਹਦੇ ਤੇ ਜ਼ਿਕਰ ਕਰੂੰਗਾ ਤੇ ਕੁਦਰਤੀ ਤੌਰ ਤੇ ਮੈਨੂੰ ਸੰਸਾਰ ਦੇ ਵਿੱਚ ਜੋ ਫਾਈਨੈਂਸ ਕੈਪੀਟਲ ਦਾ ਜੋ ਹਮਲਾ ਵਧ ਰਿਹਾ ਹੈ ਉਹ ਕਿਸ ਤਰ੍ਹਾਂ ਦੂਸਰੇ ਦੇਸ਼ਾਂ ਦੀਆਂ ਜਿਹੜੀਆਂ ਆਰਥਿਕ ਪਾਲਿਸੀਆਂ ਨੇ ਜਿੱਥੇ ਸਾਰੀਆਂ ਸਮੱਸਿਆਵਾਂ ਦੀ ਜੜ ਹੈ ਉਹ ਪੈਦਾ ਹੁੰਦੀਆਂ ਤੇ ਸਰਕਾਰਾਂ ਕਿਸ ਤਰ੍ਹਾਂ ਉਹਨਾਂ ਦੇ ਵੱਲ ਜਿਹੜਾ ਫਾਈਨੈਂਸ ਕੈਪੀਟਲ ਦੇ ਪ੍ਰੋ ਪਾਲਿਸੀਆਂ ਅਡਾਪਟ ਕਰ ਰਹੀਆਂ ਹੈ ਜਦੋਂ ਉਹਨਾਂ ਨੂੰ ਉਹ ਡਿਕਟੇਟ ਕਰਨਗੇ ਤੇ ਅਸੀਂ ਉਸ ਤਰ੍ਹਾਂ ਦੀਆਂ ਪਾਲিসੀਆਂ ਇੱਥੇ ਅਡਾਪਟ ਕਰਾਂਗੇ ਉਹਨਾਂ ਦੇ ਨਾਲ ਮਿਲੀ ਭੁਗਤ ਫਿਰ ਹਿੰਦੁਸਤਾਨ ਦਾ ਜਿਹੜਾ ਕਾਰਪੋਰੇਟ ਸੈਕਟਰ ਹੈ ਤੇ ਉਹਨਾਂ ਦੇ ਹਿੱਤਾਂ ਨੂੰ ਪਨਾਇਆਂ ਹੋਈਆਂ ਜਿਹੜੀਆਂ ਪਾਲিসੀਆਂ ਆ ਜਿੰਨੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਪੰਜਾਬ ਵੀ ਦੇਸ਼ ਦਾ ਇੱਕ ਪਾਰਟ ਹੈ ਤੇ ਇਹਦੇ ਵਾਸਤੇ ਤਾਂ ਫਿਰ ਵੀ 10 ਮਿੰਟਾਂ ਦੇ ਵਿੱਚ ਤੇ ਕੋਈ ਜਸਟੀਫਿਕੇਸ਼ਨ ਜਾਂ 10 ਮਿੰਟਾਂ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਕੋਈ ਇਰਸਾਫ ਕੀਤਾ ਜਾ ਸਕਦਾ ਜੇ ਵਿੱਦਿਆ ਦਾ ਨਿਹਾਰ ਹੋ ਰਿਹਾ ਹੈ ਇਹ ਤਾਂ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਹੈ ਵਿੱਦਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੁਣ ਤੇ ਵਪਾਰੀ ਕਰਨ ਤੋਂ ਅੱਗੇ ਵੀ ਮੈਂ ਅਗਲਾ ਸ਼ਬਦ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਇਸ ਤਰ੍ਹਾਂ ਦਾ ਇਹ ਜਿਹੜਾ ਸੰਮੇਲਨ ਹੈ ਕਿਸੇ ਬਾਦ-ਬਿਵਾਦ ਦਾ ਵਿਸ਼ਾ ਬਣੇ ਹੁਣ ਕੱਲਾ ਉਹਦਾ ਵਪਾਰੀ ਕਰਨੀ ਨਹੀਂ ਨੀ ਹੋ ਰਿਹਾ ਉਹਦਾ ਹੋਰ ਕੁਝ ਕਰਨ ਵੀ ਹੋ ਰਿਹਾ ਉਹ ਜਿਹੜਾ ਉਸ ਤੋਂ ਵੀ ਜ਼ਿਆਦਾ ਚਿੰਤਤ ਸਮਝਦਾਰ ਜਿਹੜੇ ਐ ਮੇਰੇ ਕਹਿਣ ਦਾ ਭਾਵ ਉਹ ਸਮਝ ਹੀ ਗਏ ਹੋਣੇ ਐ ਜੇ ਵਰਲਡ ਦਾ ਜਿਹੜਾ ਆਪਣਾ ਕੈਪੀਟਲਿਜ਼ਮ ਜਿਹੜੇ ਕਲਾਸਸ ਨੇ ਉਹ ਜੇ ਹਿੰਦੁਸਤਾਨ ਦਾ ਜਿਹੜਾ ਐਜੂਕੇਸ਼ਨ ਦਾ ਸੈਕਟਰ ਐ ਉਹਤੇ ਨੂੰ ਸਮਝੀ ਜਾਂਦੇ ਉਹਨਾਂ ਦੀ ਆਪਣੀਆਂ ਫਿਗਰਸ ਨੇ ਕਿ 70 ਕਰੋੜ ਡਾਲਰ ਦਾ ਇਸ ਤੋਂ ਬੈਸਟ ਜਿਹੜਾ এডੂਕੇਸ਼ਨ ਦਾ ਸੈਕਟਰ ਜੋ ਹਿੰਦੁਸਤਾਨ 'ਚ ਅਵੇਲੇਬਲ ਹੈ ਨਹੀਂ ਔਰ ਜੇ ਉਹਨਾਂ ਤੋਂ ਨਿਰਦੇਸ਼ਿਤ ਨੀਤੀਆਂ ਦੇ ਮੁਤਾਬਕ ਅਸੀਂ ਇੱਥੇ ਆਪਣੀ এডੂਕੇਸ਼ਨ ਪਾਲਿਸੀ ਬਣਾਵਾਂਗੇ ਤਾਂ ਨੇਚਰਲੀ ਜਿਹੜੀ ਪਬਲਿਕ এডੂਕੇਸ਼ਨ ਹੈ ਉਹਦਾ ਤੇ ਪੱਠਾ ਬਹਿਣਾ ਹੀ ਬਹਿਣਾ ਹੈ ਉਹਨਾਂ ਨੀਤੀਆਂ ਦਾ ਹੀ ਸਟਾ ਕਿ ਤੁਸੀਂ ਪਬਲਿਕ ਜਿਹੜੀ এডੂਕੇਸ਼ਨ ਹੈ ਉਹਦੇ ਜਿਹੜੇ ਫੰਡਸ ਨੇ ਲਗਾਤਾਰ ਉਹ ਘਟਦੇ ਜਾਣ ਔਰ ਕਿੱਥੇ ਤੇ ਮੰਗੇ ਹੋਣੀ ਚਾਹੀਦੀ ਕਿ ਜੀਡੀਪੀ ਦਾ ਘੱਟੋ ਘੱਟ 15% ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੈ ਇਹ ਸਾਡੀ ਹੈਲਥ ਔਰ ਐਜੂਕੇਸ਼ਨ ਵਾਸਤੇ ਰਾਖਮਾ ਕਰਨਾ ਚਾਹੀਦਾ ਔਰ ਜਿੰਨਾ ਪਿਛਲੇ ਸਮੇਂ ਤੇ ਉਹ ਲਗਾਤਾਰ ਘਟ ਰਹੇ ਹੈ ਜੇ ਘਟ ਰਿਹਾ ਤਾਂ ਵੀ ਨਵੀਆਂ ਵਿਦਿਅਕ ਖੇਤਰ ਚ ਖੋਜਾਂ ਕਿੱਥੋਂ ਹੋਣਗੀਆਂ ਖੋਜਾਂ ਵਾਸਤੇ ਫਿਰ ਉਸ ਤਰ੍ਹਾਂ ਦੀ ਫੈਕਲਟੀ ਚਾਹੀਦੀ ਹੈ ਪੋਸਟਾਂ ਤੇ ਜਿਹੜੀਆਂ ਸੈਂਕਸ਼ਨ ਹੋਣਾਂ ਤੇ ਵੀ ਕੱਟ ਲੱਗ ਰਹੀ ਹੈ ਔਰ ਉਸ ਤਰ੍ਹਾਂ ਦੇ ਹੁਣ ਜਿਸ ਦੇਸ਼ ਦੇ ਵਿੱਚ ਇਹ ਜ਼ਰੂਰਤ ਹੈ ਇਸ ਦੀ ਹੈ ਕਿ ਇੱਕ ਵਿਗਿਆਨਕ ਭਾਸ਼ਾ ਜਿਹੜੀ ਹੈ ਜਾਂ ਵਿਗਿਆਨਕ ਜਿਹੜੀ ਐਜੂਕੇਸ਼ਨ ਹੈ ਉਹ ਸਿੱਖਿਆ ਦਿੱਤੀ ਜਾਏ ਤੇ ਜੇ ਅਸੀਂ 700 ਸਾਲ ਪਹਿਲਾਂ ਦੀ ਜਿਹੜੀ ਸਾਡੀ ਜੋ ਕਲਚਰ ਹੈ ਕਿ ਜੀ ਹਿੰਦੁਸਤਾਨ ਦੇ ਵਿੱਚ ਸਾਇੰਸ ਪਹਿਲਾਂ ਜਿਆਦਾ ਐਡਵਾਂਸ ਕਰਦੀ ਸੀ ਕਿੱਡੀ ਵੱਡੀ ਸਰਜਰੀ ਸੀ ਕਿ ਇੱਕ ਜਾਨਵਰ ਦਾ ਵੀ ਸਿਰ ਕਿਸੇ ਦੂਸਰੇ ਪਾਸੇ ਲਾਇਆ ਜਾ ਸਕਦਾ ਐ ਐਟ ਅ ਟਾਈਮ ਅਗਰ ਉਹਦਾਂ ਦੀਆਂ ਚੀਜ਼ਾਂ ਵੀ ਪੜਾਈਆਂ ਜਾਂਦੀਆਂ ਹੋਣ ਤੇ ਇਹ ਤੇ ਬੜੀ ਦੁਬਧਾ ਦਾ ਸਵਾਲ ਬੜੀ ਚਿੰਤਾ ਦਾ ਸਵਾਲ ਪੈਦਾ ਹੋ ਗਿਆ ਤੋ ਇਸ ਕਰਕੇ ਜਿੰਨਾ ਚਿਰ ਸਰਕਾਰ ਦੀ ਪਾਲਿਸੀ ਨਹੀਂ ਚੇਂਜ ਹੁੰਦੀ ਔਰ ਪ੍ਰੋ ਪੀਪਲ ਪਾਲਿਸੀ ਨਹੀਂ ਬਣਦੀ ਉਹਨਾਂ ਚਿਰ ਨਾ ਰੋਜ਼ਗਾਰ ਦੇ ਮੌਕੇ ਜਿਹੜੇ ਮਹੀਆ ਹੋ ਸਕਦੇ ਆ ਰੋਜ਼ਗਾਰ ਕਿੱਥੋਂ ਹੋਏਗਾ ਰੋਜ਼ਗਾਰ ਤਾਂ ਤੁਹਾਡੀਆਂ ਨੀਤੀਆਂ ਤੇ ਉਹ ਐ ਜਿਹੜੀਆਂ ਨੀਤੀਆਂ ਦਾ ਤੁਹਾਡੇ ਤੇ ਬੜਾ ਵੱਡਾ ਪ੍ਰਭਾਵ ਹੈ ਕਿ ਜਿਹੜੇ ਅਸੀਂ ਐਗਰੀਮੈਂਟ ਕਰ ਚੁੱਕੇ ਆਂ ਵਰਲਡ ਦੇ ਜਿਹੜੇ ਫਾਈਨੈਂਸ ਅਧਾਰੇ ਆ ਕਿ ਤੁਸੀਂ ਆਪਣੀ ਜਿਹੜੀ ਸਟੈਬਲਿਸ਼ਮੈਂਟ ਹੈ ਉਹਦਾ 10% ਘਟਾਓ ਪ੍ਰੈਸ਼ਰ ਤੇ ਸਾਡੇ ਤੇ ਇਹ ਹੈ ਹੁਣ ਉਹਨਾਂ ਨੂੰ ਇੰਡਾਇਰੈਕਟ ਲਾਗੂ ਕੀਤਾ ਜਾ ਰਿਹਾ ਨਵੇਂ ਰੁਜ਼ਗਾਰ ਜ਼ਰੂਰਤਾਂ ਜਿਹੜੇ ਆ ਉਹ ਬਿਲਕੁਲ ਲਗਭਗ ਖਤਮ ਹੈ ਜਾਂ ਪਬਲਿਕ ਸੈਕਟਰ ਚ ਰੁਜ਼ਗਾਰ ਮਿਲਦੇ ਸੀ ਉਹਨਾਂ ਦਾ ਪੱਠਾ ਬੈਠ ਗਿਆ ਜਾਂ ਬਿਠਾਇਆ ਜਾ ਰਿਹਾ ਉਹ ਤੇ ਬੰਦ ਹੋ ਰਹੀ ਹੈ ਜਾਂ ਡਿਸ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਔਰ ਫਿਰ ਬਈ ਕਿੱਥੋਂ ਰੁਜ਼ਗਾਰ ਮਿਲੇਗਾ ਔਰ ਉਹ ਉਸ ਤਰ੍ਹਾਂ ਦੇ ਰੁਜ਼ਗਾਰ ओर ਕਿਉਂਕਿ ਉਹ ਪ੍ਰਭਾਵਤੀ ਅਸੀਂ ਕਿਸੇ ਹੋਰ ਪਾਸੇ ਤੋਂ ਸਕੀਮਾ ਨਹੀਂ ਇੱਥੇ ਆ ਰਹੀਆਂ ਤੇ ਇਹ ਬਹੁਤ ਇੱਕ ਲੰਬਾ ਵਿਸ਼ਾ ਹੈ ਜੇ ਖੇਤੀਬਾੜੀ ਦਾ ਜ਼ਿਕਰ ਕਰਨਾ ਹੈ ਸਰਨਰਡ ਤੇ ਅਸੀਂ ਕੀਤਾ ਹੋਇਆ ਹੈ ਵਰਲਡ ਡਬਲਯੂਟੀਓ ਨੂੰ ਉਹਦੀਆਂ ਨੀਤੀਆਂ ਦੇ ਵਿੱਚੋਂ ਤੇ ਤੁਹਾਡੀਆਂ ਖੋਜਾਂ ਵੀ ਬੰਦ ਹੈ ਉਹਦੇ ਵਿੱਚੋਂ ਤਾਂ ਤੁਹਾਡੀ ਪ੍ਰੋਕਿਊਰਮੈਂਟ ਵੀ ਬੰਦ ਹੈ ਉਹਦੇ ਵਿੱਚ ਤਾਂ ਤੁਹਾਡੀ ਐਮਐਸਪੀ ਜਿਹੜੀ ਹੈ ਉਹ ਵੀ ਬੰਦ ਹੈ ਤੇ ਜੇ ਸਾਰਾ ਕੁਝ ਉਹਨਾਂ ਦੀਆਂ ਨੀਤੀਆਂ ਨਾਲ ਨਿਰਦੇਸ਼ ਕਰਾਂਗੇ ਉਹਦੇ ਵਿੱਚੋਂ ਤਾਂ ਜਿਹੜੀ ਖੇਤੀਬਾੜੀ ਦੇ ਵਿੱਚ ਜਿਹੜੀ ਗਵਰਨਮੈਂਟ ਦੇ ਆਪਣਾ ਜਿਹੜਾ ਸ਼ੇਅਰ ਪਾਉਣਾ ਹੈ ਜਿਹੜੀ ਗਵਰਨਮੈਂਟ ਦੀ ਇਨਵੈਸਟਮੈਂਟ ਹੈ ਉਹ ਤੇ ਲਗਾਤਾਰ ਘਟ ਰਹੀ ਜਦੋਂ ਉਹ ਘਟ ਰਹੀ ਹੈ ਇੱਥੇ ਐਗਰੀਕਲਚਰ ਯੂਨੀਵਰਸਿਟੀ ਦੇ ਬਹੁਤ ਸਾਰੇ ਐਕਸਪਰਟ ਬੈਠੇ ਹੋਣੇ ਆ ਉਹਦੇ ਹੈਂਡ ਟੂ ਮਾਥ ਨਹੀਂ ਵਿਚਾਰੇ ਉਹਨਾਂ ਦੇ ਯੂਨੀਵਰਸਿਟੀ ਦੇ ਜਿਹੜੇ ਸਟੈਬਲਿਸ਼ਮੈਂਟ ਦੇ ਖਰਚੇ ਆ ਉਹਦੇ ਵਿਚਾਰੇ ਉਹ ਮਸਲਾ ਚਲਾ ਰਹੇ ਆ ਰਿਸਰਚ ਵਾਸਤੇ ਕੋਈ ਪੈਸੇ ਨਹੀਂ ਮਿਲ ਰਿਹਾ ਜਦੋਂ ਰਿਸਰਚ ਵਾਸਤੇ ਨਹੀਂ ਪੈਸਾ ਮਿਲ ਰਿਹਾ ਖੇਤੀਬਾੜੀ ਦੀ ਕਾਸਟ ਆਫ ਪ੍ਰੋਡਕਸ਼ਨ ਵੱਧ ਰਹੀ ਹੈ ਪਾਣੀ ਦਾ ਵੀ ਉਹਦੇ ਨਾਲ ਸਮੱਸਿਆ ਜੁੜੀ ਹੋਈ ਹੈ ਉਹਦਾ ਆਲਟਰਨੇਟਿਵ ਕੀ ਹੋ ਸਕਦਾ ਹੈ ਇਹ ਡਿਵਰਸੀਫਿਕੇਸ਼ਨ ਬੜੇ ਚਿਰਾਂ ਦਾ ਨਾਰਾ ਦਿੱਤਾ ਜਾ ਰਿਹਾ ਜੇ ਕਿਸੇ ਨੇ ਡਿਵਰਸੀਫਿਕੇਸ਼ਨ ਵਿਚਾਰੇ ਨੇ ਅਪਣਾਈ ਵੀ ਹੈ ਉਹਦੇ ਵਾਸਤੇ ਨਾ ਉਹ ਵਿਚਾਰੇ ਕਿੱਥੇ ਜਾਣ ਉਹਨਾਂ ਦੀ ਜਿਸ ਤਰ੍ਹਾਂ ਦੀ ਦੁਰਦਸ਼ਾ ਸੀ ਬਹੁਤ ਸਾਰੇ ਮੈਂ ਜਿਸ ਏਰੀਆ ਨੂੰ ਬਿਲੋਂਗ ਕਰਦਾ 70% ਟੋਟਲ ਪੰਜਾਬ ਦਾ ਜਿਹੜਾ ਅੰਗੂਰ ਹੈ ਉਹ ਮੇਰੇ ਏਰੀਆ ਦੇ ਵਿੱਚ ਪੈਦਾ ਹੁੰਦਾ ਸੀ ਉਹਨਾਂ ਨਾਲ ਰਿਲੇਟਡ ਕੋਈ ਇੰਡਸਟਰੀ बार-बार ਐਲਾਨ ਕਰਨ ਦੇ ਬਾਵਜੂਦ ਵੀ ਕੋਈ ਇੰਡਸਟਰੀ ਨਹੀਂ ਤੇ ਵਿਚਾਰੇ ਜਿਹੜੇ ਉਹਦੇ ਪ੍ਰੋਡਿਊਸਰ ਜੀਗੇ ਜ਼ਿੰਮੇਦਾਰ ਬੱਸਾਂ ਤੇ ਚੜ੍ਹ ਕੇ ਜਿਵੇਂ ਵਿਚਾਰੇ ਕੋਈ ਕੇਲੇ ਵੇਚ ਨਹੀਂ ਹੁੰਦੇ ਐਂ ਵੇਚਦੇ ਫਿਰਦੇ ਆ ਇਹ ਡਾਇਵਰਸਿਫਿਕੇਸ਼ਨ ਹੈ ਕੋਈ ਸਟੋਰੇਜ ਨਹੀਂ ਉਹਦੇ ਵਾਸਤੇ ਬੜਾ ਲੇਟੈਸਟ ਜਿਹੜਾ ਟੈਕਨੀਕ ਦਾ ਸਟੋਰੇਜ ਚਾਹੀਦਾ ਕੋਈ ਮਾਰਕੀਟਿੰਗ ਨਹੀਂ ਤੇ ਇਸ ਕਰਕੇ ਡਿਵਰਸੀਫਿਕੇਸ਼ਨ ਦਾ ਵੀ ਪੱਠਾ ਬੈਠ ਰਿਹਾ ਹੈ ਔਰ ਹੁਣ ਤੇ ਨੀਤੀਆਂ ਇਦਾਂ ਦੇ ਆਗੇ ਸੋ ਮੈਂ ਇਹਨਾਂ ਗੱਲਾਂ ਤੇ ਜ਼ਿਆਦਾ ਨਹੀਂ ਪੈਣਾ ਚਾਹੁੰਦਾ ਇਹ ਇੱਕ ਬੜਾ ਵੱਡਾ ਵਿਸ਼ਾ ਹੈ ਜੇ ਇਸ ਤੇ ਤੁਸੀਂ ਖੁੱਲਾ ਸਮਾਂ ਦਿਓ ਮੈਂ ਡਿਸਕਸ਼ਨ ਕਰਨ ਨੂੰ ਵੀ ਤਿਆਰ ਆ ਜਿਹੜਾ ਕੋਈ ਪ੍ਰਸ਼ਨ ਹੋਊਗਾ ਮੈਂ ਉਹਦਾ ਜਵਾਬ ਦੇਣ ਵਾਸਤੇ ਵੀ ਤਿਆਰ ਆ ਕਿ ਕਿਉਂ ਲਗਾਤਾਰ ਬਸਟ ਘਟ ਰਿਹਾ ਹੈ ਖੇਤੀਬਾੜੀ ਦਾ ਕਿਉਂ ਸੰਕਟ ਹੈ ਖੇਤੀਬਾੜੀ ਦੇ ਥੱਲੇ ਲਗਾਤਾਰ ਤਾਂ ਜ਼ਮੀਨ ਖੁਸ਼ਕ ਰਹੀ ਹੈ 40% ਪੈ ਜਿਹੜਾ ਹਿੰਦੂਸਤਾਨ ਦਾ ਜਿਹੜਾ ਕਿਸਾਨ ਉਹ ਖੇਤੀਬਾੜੀ ਚੋਂ ਨਿਕਲ ਰਿਹਾ ਹੈ ਔਰ 3.0 ਆਪਣਾ 3.5 3.5% ਹਰ ਸਾਲ ਕਿਸਾਨੀ ਦੇ ਵਿੱਚੋਂ ਖੇਤ ਮਜ਼ਦੂਰਾਂ ਦੇ ਵਿੱਚ ਸ਼ਾਮਲ ਹੋ ਰਿਹਾ ਜਦੋਂ ਪਾਪੂਲੇਸ਼ਨ ਵੱਧ ਰਹੀ ਹੈ ਉਹਦੇ ਮੁਤਾਬਕ ਤੁਹਾਡੀ ਖੇਤੀਬਾੜੀ ਦੀ ਪਰ ਕੈਪੀਟਾ ਇਨਕਮ ਜਾਂ ਪਰ ਕੈਪੀਟਾ ਜਿਹੜੀ ਤੁਹਾਡੀ ਪੈਦਾਵਾਰ ਉਹ ਨਹੀਂ ਵੱਧ ਰਹੀ ਔਰ ਜ਼ਮੀਨ ਦੇ ਉੱਪਰ ਤੁਹਾਡਾ ਪ੍ਰੈਸ਼ਰ ਵੱਧ ਰਿਹਾ ਹੈ ਔਰ ਜਿਸ ਤਰ੍ਹਾਂ ਦੀ ਪ੍ਰੋਡਕਸ਼ਨ ਅਸੀਂ ਕਣਕ ਦੇ ਮਾਮਲੇ 'ਚ ਅੱਜ ਵੀ ਚਾਈਨਾ ਦੇ ਨਾਲੋਂ 50% ਅਸੀਂ ਪਿੱਛੇ ਆ ਜੋ ਇਹਨਾਂ ਦੀ ਆਪਣਾ ਜਿਹੜੀ ਉਤਪਾਦਨ ਹੈ ਨਾ ਉਹਦੇ ਨਾਲੋਂ 50% ਪਿੱਛੇ ਆ ਸੋ ਅਸੀਂ ਉਹਦੀਆਂ ਲੋੜਾਂ ਤੇ ਅਸੀਂ ਪੂਰੀਆਂ ਨਹੀਂ ਕਰ ਸਕਦੇ ਔਰ ਦੂਸਰਾ ਇਹ ਜਿਆਦਾ ਡੂੰਗੇ ਸੰਕਟ ਦੇ ਵਿੱਚ ਹੈ ਨਾ ਨਾਮੀ ਰਿਸਰਚ ਹੋ ਰਹੀ ਹੈ ਨਾ ਗਵਰਨਮੈਂਟ ਦੀ ਫੰਡਿੰਗ ਹੋ ਰਹੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਮੈਂ ਇਸ ਸਾਰੇ ਮਾਮਲੇ ਹੈਲਥ ਵੀ ਉਹਦੇ ਨਾਲ ਜੁੜੀ ਹੋਈ ਹੈ ਜਿੱਥੇ ਤੁਸੀਂ ਹੈਲਥ ਟੂਰਿਜ਼ਮ ਨੂੰ ਡਿਵੈਲਪ ਕਰੋਗੇ ਤੁਹਾਡੀਆਂ ਸਾਰੀਆਂ ਨੀਤੀਆਂ ਹੀ ਪ੍ਰਾਈਵੇਟ ਜਿਹੜਾ ਹੈਲਥ ਨੂੰ ਉਤਸ਼ਾਹਤ ਕਰਨ ਵਾਲੀਆਂ ਹੋਣਗੀਆਂ ਸਰਕਾਰੀ ਜਿਹੜੀ ਪਬਲਿਕ ਸਿਹਤ ਹੈ ਉਹਦੇ ਪ੍ਰਤੀ ਤੁਹਾਡੀ ਫੰਡਿੰਗ ਲਗਾਤਾਰ ਘਟਣਗੇ ਔਰ ਨਵੇਂ ਕੋਈ ਡਾਕਟਰਾਂ ਦੀ ਭਰਤੀ ਨਵੀਂ ਕੋਈ ਮੈਡੀਕਲ ਜਿਹੜੀ ਰਿਸਰਚ ਹੈ ਉਹ ਨਹੀਂ ਹੋਏਗੀ ਤੇ ਸਾਡੀ ਜਿਹੜੀ ਪਬਲਿਕ ਹੈਲਥ ਹੋ ਕਿਸ ਤਰ੍ਹਾਂ ਐਡਵਾਂਸ ਹੋਏਗੀ ਔਰ ਬੜੀ ਚਿੰਤਾ ਵੀ ਹੁੰਦੀ ਹੈ ਦੁਨੀਆ 'ਚ ਇਦਾਂ ਦੇ ਵੀ ਮੁਲਕ ਹੈ ਜਿਨ੍ਹਾਂ ਦਾ ਟੋਟਲ ਬਜਟ ਦਾ 45% ਹੈਲਥ ਤੇ ਖਰਚ ਹੋ ਰਿਹਾ ਹੈ ਸਾਡਾ ਕਿੰਨਾ ਜੀ ਤਿੰਨ ਤੋਂ ਨਹੀਂ ਕਦੇ ਇਨਕਰੀਜ਼ ਹੋ ਰਿਹਾ ਔਰ ਪਾਪੂਲੇਸ਼ਨ ਸਾਡੀ ਕਿੰਨੀ ਹੈ 45 ਜੀ ਦਾ ਮੈਂ ਜ਼ਿਕਰ ਕੀਤਾ ਉਹ 3 ਕੋਰਡ ਦੇ ਦੇਸ਼ ਹੈ ਔਰ ਸਾਡੀ ਜਿਹੜੀ ਪਾਪੂਲੇਸ਼ਨ ਹੈ ਹੁਣ 750 130 35 ਕੋਰਡ ਦੇ ਹੈ ਤੇ ਜੋ ਟੋਟਲ ਜੀਡੀਪੀ ਦਾ ਤੁਹਾਡਾ ਤਿੰਨ ਤੋਂ ਵੀ ਘੱਟ ਹੈ ਫਿਰ ਤੁਸੀਂ ਕਿਸ ਤਰ੍ਹਾਂ ਅਸਰ ਕਰ ਸਕਦੇ ਹੋ ਕਿ ਤੁਹਾਡੀ ਜਿਹੜੀ ਪਬਲਿਕ ਹੈਲਥ ਹੈ ਜਿਹੜੀ ਸਿਹਤ ਹੈ ਇਹਦੀ ਗਰੰਟੀ ਹੋਏਗੀ ਕਿ ਹਰ ਜਿਹੜਾ ਲੋੜਬੰਦ ਵਿਅਕਤੀ ਹੈ ਤੇ ਉਹਦੀ ਪਹੁੰਚ ਦੇ ਵਿੱਚ ਹੋਏਗੀ ਸੰਭਵ ਹੀ ਨਹੀਂ ਦੇਖੋ ਇਹ ਸਵਾਲ ਤੇ ਜੁੜਦੇ ਆ ਪਾਲਿਸੀਆਂ ਦੇ ਨਾਲ ਮੈਂ ਇਸ ਪਾਸੇ ਜ਼ਿਆਦਾ ਨਹੀਂ ਆਪਣੀ ਗੱਲ ਕਹਿਣਾ ਚਾਹੁੰਦਾ ਜਿਸ ਵਾਸਤੇ ਮੈਂ ਤਿਆਰ ਹੋ ਕੇ ਆਇਆ ਸੀ ਤਾਂ ਕਿ ਮੇਰਾ ਸਮਾਂ ਉਹਦੇ ਵਾਸਤੇ ਜ਼ਰੂਰ ਰੱਖਮਾ ਰਹੇ ਪੰਜਾਬੀ ਭਾਸ਼ਾ ਦੇ ਸਬੰਧ ਦੇ ਵਿੱਚ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਬਿਸ਼ਪ ਪੰਜਾਬੀ ਇਹ ਕਾਨਫਰੰਸ ਦਾ ਔਰ ਚੰਡੀਗੜ੍ਹ ਦੀ ਜਿੱਥੇ ਆਪਾਂ ਬੈਠੇ ਆ ਪੰਜਾਬ ਆਰਟ ਕਾਉਂਸਲ ਦਾ ਆਪਣੀ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਅੱਛਾ ਪਹਿਲ ਕਦਮੀ ਕੀਤੀ ਹੈ ਔਰ ਇਹ ਪਹਿਲ ਕਦਮੀ ਭਵਿੱਖ ਦੇ ਵਿੱਚ ਵੀ ਜਾਰੀ ਰਹਿਣੀ ਚਾਹੀਦੀ ਹੈ ਇਹਦੇ ਲਈ ਉਹ ਧੰਨਵਾਦ ਦੇ ਪਾਤਰ ਨੇ ਮੈਂ ਨਾਲ ਦੀ ਨਾਲ ਹੀ ਆਪਣੀ ਪਾਰਟੀ ਵੱਲੋਂ ਅਪੀਲ ਕਰਨਾ ਚਾਹੁੰਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਪੰਜਾਬੀ ਭਾਸ਼ਾ ਸਾਡੀ ਸਾਰਿਆਂ ਦੀ ਹੈ ਰਾਜਨੀਤੀ ਸਾਡੀ ਵੱਖਰੀ ਵੱਖਰੀ ਹੈ ਇਸ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਾਸਤੇ ਇਹਦੇ ਮਾਨ ਸਨਮਾਨ ਵਾਸਤੇ ਆਪਣੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਸਾਨੂੰ ਸਾਰਿਆਂ ਨੂੰ ਬੜੇ ਗੰਭੀਰਤਾ ਦੇ ਨਾਲ ਯਤਨ ਕਰਨੇ ਚਾਹੀਦੇ ਆ ਔਰ ਇਹ ਵੀ ਦੁਖਾਂਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣਾ ਅਖਾਣ ਹੈ ਸਾਡਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਸੱਚ ਮੈਂ ਕਹਿਣਾ ਚਾਹੁੰਦਾ ਕਿ ਪੰਜਾਬੀ ਦੇ ਮਾਮਲੇ 'ਚ ਵੀ ਇਸ ਤਰ੍ਹਾਂ ਇਹ ਵੀ ਵਿਚਾਰੀ ਹਜ਼ਾਰ ਸਾਲ ਤੋਂ ਮਹਿਮਾ ਦੇ ਹੀ ਸਾਹਮਣਾ ਕਰ ਰਹੀ ਹੈ ਸੈਂਕੜੇ ਸਾਲ ਤੀ ਇੱਥੇ ਇਹਨੂੰ ਬਣਦਾ ਥਾਨ ਦੀ ਵੀ ਇੱਥੇ ਫਾਰਸੀ ਜਿਹੜੀ ਸਾਰੀ ਪ੍ਰਬੰਧਕੀ ਭਾਸ਼ਾ ਰਹੀ ਹੈ ਫਿਰ ਸਮੇਂ-ਸਮੇਂ ਤੇ ਆ ਕੇ ਹੋਰ ਬਹੁਤ ਸਾਰੀਆਂ ਪਛਾਵਾਂ ਫਿਰ ਉਹ ਸਾਡੀ ਰਾਜਪਾਖ ਦੀਆਂ ਇਹ ਮਾਲਕੂ ਬਣੀ ਹੈ ਮਤਲਬ ਭਾਸ਼ਾ ਉਹ ਬਣੀ ਹੈ ਔਰ ਫਿਰ ਕਦੇ ਹਿੰਦੀ ਵਰਸ ਪੰਜਾਬੀ ਦੇ ਨਾਂ ਤੇ ਜਿਸ ਤਰ੍ਹਾਂ ਦਾ ਇਹਨੂੰ ਘੇਰਿਆ ਗਿਆ ਇਹਦੀ ਨਾਕੇਬੰਦੀ ਕੀਤੀ ਗਿਆ ਇਸ ਤੇ ਸੱਟਾਂ ਵੱਜੀਆਂ ਮੈਂ ਤੇ ਫਿਰ ਵੀ ਸਿਰ ਝਕਾਉਣਾ ਕਿ ਵਾਕਈ ਵੀ ਇਹ ਬੜੀ ਤਕੜੀ ਹੈ ਬੜੀ ਸ਼ਕਤੀਸ਼ਾਲੀ ਹੈ 1000 ਸਾਲ ਤੋਂ ਇਨੀਆਂ ਮਤਲਬ ਮੁਸ਼ਕਲਾਂ ਜਾਂ ਇਨੀਆਂ ਮਾਰਾਂ ਸਹਿਣ ਦੇ ਬਾਵਜੂਦ ਵੀ ਇਹ ਲਗਾਤਾਰ ਕਾਇਮ ਹੈ ਕਾਇਮ ਨਹੀਂ ਹੁਣ ਤਾਂ ਇਹਦੇ ਜਿਹੜੇ ਹਤੈਸ਼ੀ ਹੈ ਜਿਹੜੇ ਦੇ ਸ਼ੁਭਚਿੰਤਕ ਆ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਔਰ ਮੈਂ ਰੰਭ ਦੇ ਵਿੱਚ ਹੀ ਆਸ ਕਰਦਾ ਕਿ ਅੱਜ ਨਹੀਂ ਤਾਂ ਕੱਲ ਇਹਨੂੰ ਬਣਦਾ ਮਾਨ ਸਨਮਾਨ ਜ਼ਰੂਰ ਮਿਲੇਗਾ ਇਹ ਮੈਨੂੰ ਬੜੀ ਪੱਕੀ ਹੈ ਇਸ ਗੱਲ ਦੀ ਆਸ ਹੈ ਤੁਹਾਡੇ ਆ ਜਿਹੜੇ ਯਤਨ ਹੈ ਇਹ ਯਤਨ ਐਵੇਂ ਨਹੀਂ ਤੁਹਾਡੇ ਯਤਨ ਜ਼ਰੂਰ ਇਹਦੇ ਜਿਹੜੇ ਆਪਣਾ ਕੋਈ ਚੰਗੇ ਫਲ ਦਾ ਇੱਕ ਨਤੀਜੇ ਨਿਕਲ ਲਗੇ ਔਰ ਮੈਂ ਸਾਰਿਆਂ ਤੋਂ ਪਹਿਲਾਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਆਪਣੀ ਪਾਰਟੀ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ 'ਚ ਮੈਂ ਦਾਵਾ ਕਰ ਸਕਦਾ ਕਿ ਮੇਰੀ ਪਾਰਟੀ ਪਹਿਲੀ ਸੀ ਜਿਹਨੇ ਸਾਰਿਆਂ ਤੋਂ ਪਹਿਲਾਂ ਆ ਚੀਜ਼ ਦਾ ਸਲੋਗਨ ਦਿੱਤਾ ਜਾਂ ਆ ਚੀਜ਼ ਉਭਾਰੀ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਆਜ਼ਾਦੀ ਦੇ ਬਾਅਦ ਜਦੋਂ ਭਾਪਨਾ ਰਾਜਾਂ ਦੇ ਪੁਨਰਗਠਨ ਦਾ ਸਵਾਲ ਆਇਆ ਬੜਾ ਉੱਭਰ ਕੇ ਸਵਾਲ ਆਇਆ ਕਿਸੇ ਨੇ ਕਿਸੇ ਐਂਗਲ ਤੋਂ ਮੰਗ ਕੀਤੀ ਪਾਰਟੀ ਨੇ ਕਿਸੇ ਆਪਣੇ ਹੋਰ ਕੋਰਨਰ ਤੋਂ ਮੰਗ ਕੀਤੀ ਕੇਵਲ ਹਿੰਦੂਸਤਾਨ ਚ ਸੀਪੀਆਈ ਸੀ ਜਿਨੇ ਸਾਰਿਆਂ ਤੋਂ ਪਹਿਲਾਂ ਕੇਵਲ ਤੇ ਕੇਵਲ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੇ ਪੁਨਰਗਠਨ ਦੀ ਮੰਗ ਕੀਤੀ ਮੈਂ ਬੜਾ ਇਹ ਬੜਾ ਠੋਕੇ ਕਹਿ ਸਕਦਾ ਭਾਸ਼ਾ ਦੇ ਆਧਾਰ ਜਦੋਂ ਤੁਸੀਂ ਭਾਸ਼ਾ ਦੇ ਆਧਾਰ ਦੇ ਸੂਬਿਆਂ ਦਾ ਪੁਨਰਗਠਨ ਕੀਤਾ ਜਾਂਦਾ ਆ ਜਿਹੜੀਆਂ ਬੇਲੋੜੀਆਂ ਸਮੱਸਿਆਵਾਂ ਉਹਨਾਂ ਨੇ ਅੱਗੇ ਕਿੰਨੇ ਦੁਖਦਾਈ ਜਿਹੜੇ ਸਾਨੂੰ ਦਰਦ ਦਿੱਤੇ ਐ ਛੇ ਦੇ ਆਪਣਾ ਸ਼ਹਿਰ ਦੇ ਨਾਂ ਸਹਣੇ ਪੈਂਦੀ ਚੰਡੀਗੜ੍ਹ ਦਾ ਮਸਲਾ ਅਜੇ ਤੱਕ ਨਹੀਂ ਹੱਲ ਹੋਇਆ ਅਸੀਂ ਇਕੱਲਾ ਆਪਣਾ ਇਕੱਲੇ ਸੂਬਿਆਂ ਦੇ ਆਪਣਾ ਭਾਸ਼ਾ ਦੇ ਆਧਾਰ ਤੇ ਨਹੀਂ ਬਲਕਿ ਅਸੀਂ ਹੋਰ ਜ਼ਿਆਦਾ ਅੱਗੇ ਗਏ ਅੱਜ ਵੀ ਉਸ ਗੱਲ ਤੇ ਖੜੇ ਆ ਕਿ ਜਦੋਂ ਵੀ ਤੁਸੀਂ ਸੂਬਿਆਂ ਦਾ ਪੁਨਰਗਠਨ ਕਰਨਾ ਹੈ ਇਲਾਕਿਆਂ ਨੂੰ ਨਹੀਂ ਖੇਤਿਆਂ ਨੂੰ ਨਹੀਂ ਪਿੰਡ ਨੂੰ ਇਕਾਈ ਮੰਨੋ ਪਿੰਡ ਨੂੰ ਜਦੋਂ ਤੁਸੀਂ ਪਿੰਡ ਨੂੰ ਇਕਾਈ ਮੰਨੋਗੇ ਜੇ ਪਿੰਡ ਨੂੰ ਇਕਾਈ ਮੰਨ ਕੇ ਪੰਜਾਬ ਤੇ ਹਰਿਆਣਾ ਦਾ ਵੀ ਪੁਨਰਗਠਨ ਕੀਤਾ ਹੁੰਦਾ ਤਾਂ ਮੇਰਾ ਖਿਆਲ ਹੈ ਵੀ ਅੰਮ੍ਰਲੇ ਤੱਕ ਦਾ ਏਰੀਆ ਹੋਰ ਕਿੰਨਾ ਏਰੀਆ ਇਹ ਤੁਹਾਡੇ ਵਿੱਚ ਹੁੰਣਾ ਸੀ ਅਗਰ ਪੰਜਾਬ ਦਾ ਇਹ ਹਿੱਸਾ ਹੁੰਦਾ ਤੇ ਚੰਡੀਗੜ੍ਹ ਦੀ ਸਮੱਸਿਆ ਹੀ ਨਹੀਂ ਸੀ ਪੈਦਾ ਹੋਣੀ ਇਹ ਇਸ ਕਰਕੇ ਤੁਹਾਡੀ ਅਪਰੋਚ ਜਿਹੜੀ ਸਮਝ ਹੈ ਕਮਨਲ ਐਂਗਲ ਤੋਂ ਜਿਹੜੀ ਅਪਣਾਈ ਗਈ ਆ ਸਾਰੇ ਕੰਡੇ ਉਹਨੇ ਬੀਜੇ ਹੋਏ ਨੇ ਨਹੀਂ ਤੇ ਬੜਾ ਚਿੰਤਾ ਦਾ ਮਾਮਲਾ ਹੈ ਨਾ ਕਿ ਚੰਡੀਗੜ੍ਹ ਰਾਜਧਾਨੀ ਸਾਡੀ ਹੋਵੇ ਤੇ ਉਹਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਜਿਹੜੀ ਆ ਉਹ ਅੰਗਰੇਜ਼ੀ ਹੋਵੇ ਇਤੋਂ ਵੱਡਾ ਹੋਰ ਚੈਲੰਜ ਤੇ ਇਤੋਂ ਵੱਡਾ ਹੋਰ ਚਿੰਤਾ ਕੀ ਹੋ ਸਕਦੀ ਹੈ ਚਲੋ ਇਹਦੇ ਤੇ ਚੰਡੀਗੜ੍ਹ ਪੰਜਾਬੀ ਮੰਚ ਲੜ ਰਿਹਾ ਹੈ ਮੈਂ ਮੇਰੀ ਪਾਰਟੀ ਦੇ ਸਾਥੀ ਉਹਦੇ ਵਿੱਚ ਵੀ ਫੋਰਫਰੰਟ ਤੇ ਹੈ ਪਿਛਲੇ ਸਮੇਂ ਚ ਤੁਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਸਾਡੀਆਂ ਸਹਿਤ ਸੁਭਾਮਾ ਨੇ ਕੇਂਦਰੀ ਪੰਜਾਬੀ ਲਿਖਾ ਆਪਣਾ ਲਖਾਰੀ ਸੁਭਾ ਨੇ ਸਹਿਤ ਅਕਾਦਮੀ ਨੇ ਜਿੰਨੇ ਵੀ ਹੋਰ ਪੰਜਾਬੀ ਦੇ ਵਿਕਾਸ ਦੇ ਵਾਸਤੇ ਸਟਰਗਲ ਤੁਸੀਂ ਸੰਘਰਸ਼ ਕੀਤੇ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਡੀ ਉੱਪਰ ਤੋਂ ਲੈ ਕੇ ਦਰਮਿਆਨੇ ਪੱਧਰ ਦੀ ਲੀਡਰਸ਼ਿਪ ਹਮੇਸ਼ਾ ਉਹਨਾਂ ਦੇ ਵਿੱਚ ਰਹੀ ਹੈ ਔਰ ਭੁਵਿੱਖ ਦੇ ਵਿੱਚ ਮੈਂ ਤੁਹਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਦਿਵਾ ਸਕਦਾ ਔਰ ਇਸੇ ਤਰ੍ਹਾਂ ਮੈਂ ਦੋ ਤਿੰਨ ਸ਼ਬਦ ਹੋਰ ਕਹਿਣਾ ਚਾਹੁੰਨਾ ਦੇਖੋ ਵੀ ਮੈਂ ਤਾਂ ਕੋਈ ਏਡਾ ਜ਼ਿਆਦਾ ਮਾਹਰ ਨਹੀਂ ਭਾਸ਼ਾ ਦਾ ਮੇਰੀ ਤੇ ਇੱਕ ਜਿਹੜੀ ਆਮ ਕਾਮਨ ਸਮਝ ਹੈ ਉਹ ਹੈ ਮੇਰਾ ਖਿਆਲ ਹੈ ਵੀ ਹਿੰਦੁਸਤਾਨ ਦੀ ਕੋਈ ਰਾਸ਼ਟਰੀ ਭਾਸ਼ਾ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਰਾਸ਼ਟਰੀ ਭਾਸ਼ਾ ਡਿਕਲੇਅਰ ਕੀਤੀ ਹੋਈ ਹੈ ਮੇਰਾ ਖਿਆਲ ਆਫੀਸ਼ੀਅਲ ਲੈਂਗੁਏਜ ਤੇ ਹੈਗੀਆਂ 22 ਦੇ ਕਰੀਬ ਜਿਨ੍ਹਾਂ 'ਚ ਹਿੰਦੀ ਵੀ ਹੈ ਔਰ ਅੰਗਰੇਜ਼ੀ ਵੀ ਹੈ ਪਾਤਰ ਸਾਹਿਬ ਦਰੁਸਤ ਕਰ ਦੇਣਗੇ ਔਰ ਜਦੋਂ ਇਹ ਨਹੀਂ ਤਾਂ ਫਿਰ ਆਹ ਭਾਸ਼ਾ ਨਹੀਂ ਲਿੰਕ ਲੈਂਗੁਏਜ ਆਹ ਲਿੰਕ ਲਾ ਲੋ ਮੇਰੇ ਖਿਆਲ ਚਲੋ ਆਫੀਸ਼ਲ ਲਾ ਲੋ ਮਤਲਬ ਨੈਸ਼ਨਲ ਕੋਈ ਲੈਂਗੁਏਜ ਡਿਕਲੇਅਰ ਕੀਤੀ ਹੋਵੇ ਰਾਸ਼ਟਰੀ ਭਾਸ਼ਾ ਉਹ ਕੋਈ ਨਹੀਂ ਆਫੀਸ਼ਲ ਲੈਂਗੁਏਜ ਜੋ ਸਾਡੇ 8ਵੀਂ ਸੂਚੀ ਦੇ ਵਿੱਚ ਹੈ ਜਿਨ੍ਹਾਂ ਚ ਪੰਜਾਬੀ ਵੀ ਹੈ 22 ਦੇ ਕਰੀਬ ਹੈ ਸਾਡੀ ਇਹ ਬੜੀ ਸਪਸ਼ਟ ਸਮਝ ਹੈ ਕਿ ਤੁਹਾਡਾ ਜਿਹੜਾ ਐਜੂਕੇਸ਼ਨ ਦਾ ਮੀਡੀਅਮ ਹੈ ਪ੍ਰਾਇਮਰੀ ਤੋਂ ਲੈ ਕੇ ਉੱਪਰ ਤੱਕ ਉਹ ਤੁਹਾਡੀ ਮਦਰ ਭਾਸ਼ਾ ਜਿਹੜੀ ਮਾਂ ਬੋਲੀ ਹੈ ਇਹਦੇ ਚ ਹੋਣਾ ਚਾਹੀਦਾ ਦੂਜੀਆਂ ਭਸ਼ਾਵਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਜਿੰਨਾ ਵੀ ਕੋਈ ਸਿੱਖਣਾ ਚਾਹੁੰਦਾ ਉਹ ਸਿੱਖੇ ਉਹ ਇੱਕ ਸੰਪਰਕ ਲੈਂਗੁਏਜ ਦੇ ਤੌਰ ਤੇ ਉਹ ਪੜਾਇਆ ਜਾਏ ਜੇ ਕੋਈ ਫ੍ਰਾਂਸੀ ਜੇ ਕੋਈ ਫ੍ਰੈਂਚ ਪੜ੍ਹਨਾ ਚਾਹੁੰਦਾ ਰਸ਼ੀਅਨ ਪੜ੍ਹਨਾ ਚਾਹੁੰਦਾ ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਮੋਡਲਾ ਜਿਹੜਾ ਬੇਸਿਕ ਜਿਹੜਾ ਮਾਧਿਅਮ ਹੈ ਮੀਡੀਅਮ ਹੈ ਉਹ ਤੁਹਾਡੀ ਮਦਰ ਟੰਗ ਜਿਹੜੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਇਸ ਗੱਲ ਦੇ ਅਸੀਂ ਪੱਕੇ ਤੌਰ ਤੇ ਮੇਰੀ ਪਾਰਟੀ ਮਦਈ ਹੈ ਔਰ ਅਸੀਂ ਇਸ ਗੱਲ ਦੇ ਵੀ ਦੇਖੋ ਮੈਂ ਮਾਫੀ ਚਾਹੂੰਗਾ ਮੇਰੇ ਸਾਥੀਆਂ ਤੋਂ ਮੈਨੂੰ ਇਹ ਪਤਾ ਵੀ ਮੰਚ ਇਸ ਤਰ੍ਹਾਂ ਦਾ ਇਸ ਮੰਚ ਨੂੰ ਇੱਕ ਉਸਾਰੂ ਪਹੁੰਚ ਰੱਖਣੀ ਚਾਹੀਦੀ ਹੈ ਕਿਸੇ ਬਾਦ-ਬਾਦ ਦਾ ਵਿਸ਼ਾ ਨਹੀਂ ਬਣਨਾ ਚਾਹੀਦਾ ਮੈਂ ਆਪਦੀ ਪਾਰਟੀ ਨੂੰ ਵਿੱਚ ਸ਼ਾਮਲ ਕਰਕੇ ਹੁਣ ਆਪਾਂ ਬੈਠੇ ਆ ਨਾ ਸਾਰੇ ਲਗਭਗ ਅਸੀਂ ਸਾਰੇ ਮਦਈ ਆ ਕਿ ਪੰਜਾਬੀ ਨੂੰ ਇਹਦਾ ਜੋ ਬਣਦਾ ਸਥਾਨ ਹੈ ਉਹ ਮਿਲੇ ਮੈਂ ਆਪਣੇ ਆਪ ਨੂੰ ਤਾਂ ਸ਼ਾਮਲ ਕਰਦਾ ਤਾਂ ਕਿ ਕਿਸੇ ਨੂੰ ਗਲਤ ਨਾ ਲਿਆ ਜਾਏ ਹਾਲਾਂਕਿ ਸਾਡੇ ਕੋਲੇ ਨਾ ਕਦੇ ਸੰਵਿਧਾਨਕ ਤੇ ਨਾ ਪ੍ਰਬੰਧਕੀ ਤਾਕਤਾਂ ਬਈ ਸਾਡੇ ਕੋਲੇ ਤੇ ਕੋਈ ਸ਼ਕਤੀਆਂ ਰਹੀਆਂ ਨਹੀਂ ਇਸ਼ਾਰਾ ਮੇਰਾ ਸਮਝ ਗਏ ਹੋ ਤੇ ਚਾਹੁੰਦੇ ਅਸੀਂ ਸਾਰੇ ਆ ਫਿਰ ਕੀ ਕਾਰਨ ਹੈ ਵੀ ਪੰਜਾਬ ਦੇ ਵਿੱਚ ਇਹਨੂੰ ਬਣਦਾ ਮਾਨ ਸਨਮਾਨ ਕਿਉਂ ਨਹੀਂ ਮਿਲਿਆ ਇਹ ਪੂਰੇ ਰਾਜ ਦੀ ਭਾਸ਼ਾ ਦੇ ਤੌਰ ਤੇ ਜਿਸ ਤਰ੍ਹਾਂ ਦਾ ਕਦ ਕਾਠ ਵਧਣਾ ਚਾਹੀਦਾ ਸੀ ਕਿਉਂ ਨਹੀਂ ਬਣਿਆ ਕਿਉਂ ਪੰਜਾਬ ਦੀ ਪ੍ਰਬੰਧਕੀ ਭਾਸ਼ਾ ਦੇ ਤੌਰ ਤੇ ਸਾਰਾ ਕੰਮਕਾਰ ਪੰਜਾਬੀ ਦੇ ਵਿੱਚ ਨਹੀਂ ਹੋ ਰਿਹਾ ਇਹ ਕੋਈ ਨਾ ਕੋਈ ਤੇ ਇਹਦਾ ਜਵਾਬ ਦੇਏਗਾ ਹੀ ਨਾ ਸੋ ਇਹ ਇਸ ਤਰ੍ਹਾਂ ਮਤਲਬ ਉੱਪਰ ਉੱਠ ਕੇ ਇਹਦੇ ਤੇ ਥੋੜਾ ਜਿਹਾ ਗੰਭੀਰਤਾ ਦੇ ਨਾਲ ਮੈਂ ਸਮਝਦਾ ਵੀ ਸਾਨੂੰ ਸੋਚਣ ਦੀ ਜ਼ਰੂਰਤ ਹੈ ਚਲੋ ਕਹਿਣਾ ਤਾਂ ਮੈਂ ਬਹੁਤ ਕੁਝ ਹੈ ਹੁਣ ਸਮਾਂ ਨਹੀਂ ਮੈਂ ਸਿਰਫ ਜਿਹੜਾ ਅਸੀਂ ਜਿਸ ਗੱਲ ਤੇ ਮੰਗ ਕਰ ਰਹੇ ਹਾਂ ਕਿ ਸਾਡੇ ਦਫ਼ਤਰਾਂ ਦੇ ਵਿੱਚ ਸਾਡੀਆਂ ਅਦਾਲਤਾਂ ਦੇ ਵਿੱਚ ਔਰ ਮੈਂ ਤੇ ਇੱਥੋਂ ਤੱਕ ਵੀ ਕਹਿ ਰਿਹਾ ਇਹ ਸਹਿਤਕਾਰਾਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਇਹਦੀ ਸ਼ਬਦਾਵਲੀ ਬਣਾਉਣ ਵਾਲੇ ਪਾਸੇ ਧਿਆਨ ਦਿਓ ਮੈਨੂੰ ਰਸ਼ੀਆ ਦਾ ਪਤਾ ਹੈ ਉਹਨਾਂ ਦੀ ਜਿਹੜੀ ਸਪੇਸ ਸੈਂਸ ਹੈ ਨਾ ਪੁਲਾੜ ਵਿਗਿਆਨ ਸਾਰੇ ਦਾ ਸਾਰਾ ਰਸ਼ੀਆਨ ਭਾਸ਼ਾ ਦੇ ਵਿੱਚ ਪੜਾਇਆ ਜਾਂਦਾ ਸਾਡੇ ਤੇ ਜੇ ਕਿੰਨੇ ਸਬਜੈਕਟ ਨੇ ਜਿਨ੍ਹਾਂ ਦੇ ਵਾਸਤੇ ਸਾਡੇ ਕੋਲੇ ਉਸ ਤਰ੍ਹਾਂ ਦੀ ਸ਼ਬਦਾਵਲੀ ਦੀ ਬੜੀ ਵੱਡੀ ਘਾਟ ਹੈ ਔਰ ਜਿਹੜੀ ਪੰਜਾਬੀ ਨਾ ਲਾਗੂ ਕਰਨ ਦੀ ਕੋਈ ਜਵਾਬਦੇਹੀ ਹੈ ਉਹਦੇ ਲਈ ਅਸੀਂ ਤੇ ਚਾਹੁੰਦੇ ਆ ਵੀ ਕੋਈ ਬਖਰਾ ਟਰਬਿਊਨਲ ਬਣੇ ਟਰਬਿਊਨਲ ਅਫਸਰਾਂ ਦਾ ਨਾ ਬਣੇ ਉਹ ਜਿਹੜੇ ਭਾਸ਼ਾ ਦੇ ਮਾਹਰ ਨੇ ਜਿਹੜੇ ਵਿਗਿਆਨੀ ਐ ਇਹ ਟਰਬਿਊਨਲ ਉਹਨਾਂ ਨਾਲ ਉਹਨਾਂ ਦਾ ਬਣੇ ਔਰ ਜਿਨ੍ਹਾਂ ਕੋਲੇ ਕੋਈ ਸਟੈਚੂਰੀ ਪਾਵਰਾਂ ਹੋਣੀਆਂ ਚਾਹੀਦੀਆਂ ਇਹ ਨਹੀਂ ਕਿ ਰਿਕਮੈਂਡੇਟਰੀ ਬਾਡੀ ਬਣ ਗਈ ਕਿ ਉਹ ਸਲਾਹ ਦੇ ਦੇਣ ਸਲਾਹਾਂ ਨੂੰ ਕੋਈ ਨਹੀਂ ਮੰਨਦਾ ਇਸ ਦੇਸ਼ ਦੇ ਵਿੱਚ ਕੋਈ ਨਾ ਕੋਈ ਤੁਹਾਡੇ ਕੋਲੇ ਸ਼ਕਤੀਆਂ ਹੋਣੀਆਂ ਚਾਹੀਦੀਆਂ ਔਰ ਲਾਸਟ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਦੇਖੋ ਇਹ ਜਿਹੜੇ ਰਾਜਕਰਦਿਆਂ ਤੇ ਰੈਂਕ ਸੋਚਣ ਵੀ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸਾਡੀ ਸੱਭਿਆਚਾਰਕ ਨੀਤੀ ਹੋਈ ਨਹੀਂ ਬਣੀ ਜਿਨੂੰ ਆਪਾਂ ਡਿਕਲੇਰਡ ਕਹਿ ਸਕੀਏ ਕੋਈ ਤੁਹਾਡੀ ਸੱਭਿਆਚਾਰਕ ਕੋਈ ਪਾਲਿਸੀ ਹੈ ਮੈਨੂੰ ਤੇ ਨਹੀਂ ਲੱਗਦਾ ਹੋ ਸਕਦਾ ਵੀ ਮੈਂ ਅਣਜਾਣ ਹਮੈਨਾ ਜਿਆਦਾ ਸਿਆਣਾ ਨਹੀਂ ਮਾਹਰ ਨਹੀਂ ਪਰ ਮੈਨੂੰ ਲੱਗਦਾ ਵੀ ਕੋਈ ਸੱਭਿਆਚਾਰਕ ਨੀਤੀ ਨਹੀਂ ਇਹ ਜਿਹੜੀ ਫੌਰੀ ਤੌਰ ਤੇ ਬਣਨੀ ਚਾਹੀਦੀ ਹੈ ਇਹਦੇ ਚ ਵੀ ਅਫਸਰਾਂ ਨੂੰ ਪਾਸੇ ਰੱਖ ਕੇ ਪੰਜਾਬੀ ਦੇ ਲਖਾਰੀ ਪੰਜਾਬੀ ਦੇ ਬੁੱਧੀਜੀਵੀ ਔਰ ਜਿਹੜੇ ਸੱਭਿਆਚਾਰਕ ਕਾਮੇ ਜਿਹੜੇ ਇਹਦੀ ਜਾਣਕਾਰੀ ਰੱਖਦੇ ਹੋਣ ਔਰ ਉਹਨਾਂ ਦੇ ਉਹਨਾਂ ਨੂੰ ਲੈ ਕੇ ਇਹ ਸੱਭਿਆਚਾਰਕ ਨੀਤੀ ਬਣੇ ਔਰ ਸੈਂਸਰ ਬੋਰਡ ਵੀ ਬਣਨਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਦੀ ਇਹ ਸ਼ਲੀਲਤਾ ਜਿਸ ਤਰ੍ਹਾਂ ਦਾ ਕੀ ਕਹਿੰਦੇ ਉਹ ਉਕਸਾਉ ਔਰ ਜਿਸ ਤਰ੍ਹਾਂ ਦਾ ਕੀ ਕਹਿੰਦੇ ਹੁੰਦੇ ਆ ਪੜਕਾਉ ਕਿਸਮ ਦਾ ਇਸ਼ਾਰਾ ਇੱਕੋ ਹੀ ਕਾਫੀ ਹੈ ਜੋ ਪ੍ਰੋਸਿਆ ਜਾ ਰਿਹਾ ਪੰਜਾਬੀ ਦੇ ਨਾਂ ਤੇ ਅਸਲੋਂ ਪੰਜਾਬੀ ਦਾ ਬੇੜਾਗਰਕ ਕੀਤਾ ਜਾ ਰਿਹਾ ਹੈ ਇੱਕ ਸੈਂਸਰ ਬੋਰਡ ਵੀ ਉਹ ਬਣਨਾ ਚਾਹੀਦਾ ਔਰ ਮੈਂ ਇਹ ਵੀ ਕਰਦਾ ਤੁਸੀਂ ਬਾਰ ਬਾਰ ਮੰਗ ਕਰਦੇ ਹੋ ਆਪਣੇ ਪਲੇਟਫਾਰਮਾਂ ਤੋਂ ਕਿ ਜੀ ਇਲੈਕਸ਼ਨ ਆ ਰਹੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਮੈਨੀਫੈਸਟੋ ਦੇ ਵਿੱਚ ਪੰਜਾਬੀ ਭਾਸ਼ਾ ਦੇ ਬਾਰੇ ਉਹ ਕੀ ਕਰਨਾ ਚਾਹੁੰਦੀਆਂ ਉਹਦੇ ਵਿਕਾਸ ਬਾਰੇ ਮੈਂ ਤੇ ਵੀ ਗਰੰਟੀ ਕਰ ਸਕਦਾ ਕੋਈ ਮੈਨੀਫੈਸਟੋਰੀ ਮੇਰੀ ਪਾਰਟੀ ਦਾ ਜਿਹਦੇ ਵਿੱਚ ਸਾਡੀ ਪੰਜਾਬੀ ਦੇ ਪ੍ਰਤੀ ਵਚਨਬੱਧਤਾ ਨਾ ਦੁਹਰਾਈ ਗਈ ਹੋਵੇ ਔਰ ਪਹਿਲਾਂ ਵੀ ਤੇ ਹੁਣ ਵੀ ਡਟ ਕੇ ਔਰ ਵੀ ਅਸੀਂ ਤੇ ਭਵਿੱਖ ਦੇ ਵਿੱਚ ਵੀ ਇਸ ਭਾਸ਼ਾ ਦੇ ਵਿਕਾਸ ਵਾਸਤੇ ਇਹਦਾ ਬਣਦਾ ਮਾਨ ਸਨਮਾਨ ਵਾਸਤੇ ਆਪਣੇ ਤੌਰ ਤੇ ਤੇ ਅਸੀਂ ਯਤਨਸ਼ੀਲ ਹਾਂ ਹੀ ਹਾਂ ਔਰ ਬਾਕੀ ਜੋ ਤੁਹਾਡੇ ਵਰਗੇ ਇਸ ਦੇ بڑے ਜਿਹੜੇ ਮਾਹਰ ਨੇ ਜਿਹੜੇ ਸਾਰਿਆਂ ਇਸ ਨੂੰ ਹੋਰ ਜ਼ਿਆਦਾ ਕਿਵੇਂ ਵਧਾ ਸਕਦੇ ਹੋ ਇੱਕ ਵਿਜ਼ਨ ਜਿਹੜਾ ਸਾਨੂੰ ਦੇ ਸਕਦੇ ਹੋ ਉਹਦੇ ਤੇ ਵੀ ਪੂਰੀ ਇਮਾਨਦਾਰੀ ਨਾਲ ਅਸੀਂ ਫੁੱਲ ਚੜਾਵਾਂਗੇ ਔਰ ਇਹ ਵੀ ਵਿਸ਼ਵਾਸ ਦਿਵਾਉਣਾ ਅਸੀਂ ਆਇਆ RAM ਗਿਆ RAM ਵਾਲੀ ਨਹੀਂ ਮੇਰੀ ਪਾਰਟੀ ਅਸੀਂ ਜੋ ਪੰਜਾਬੀ ਬਾਰੇ ਮੈਂ ਇੱਥੇ ਕਹਿ ਰਿਹਾ ਇਹੀ ਮੈਂ ਦਿੱਲੀ 'ਚ ਬੋਲੂਗਾ ਇਹੀ ਮੈਂ ਹਰਿਆਣੇ 'ਚ ਬੋਲੂਗਾ ਇਹੀ ਮੈਂ ਸਾਰੇ ਦੇਸ਼ ਦੇ ਵਿੱਚ ਬੋਲੂਗਾ ਭਾਸ਼ਾ ਦੇ ਮਾਮਲੇ 'ਚ ਇੱਕੋ ਵਿਜ਼ਨ ਇੱਕੋ ਸਮਝ ਹੈ ਤੇ ਉਹ ਕਮਿਊਨਿਸਟ ਨੇ ਇਹ ਨਹੀਂ ਕਿ ਕਿਸੇ ਸਵਾਲ ਤੇ ਆਇਆ ਕਿਉਂਕਿ ਪੰਜਾਬ 'ਚ ਕਹਿਣਾ ਸੌਖਾ ਹੈ ਤਾੜੀਆਂ ਵੱਜਦੀਆਂ ਤੇ ਪਰ ਜੇ ਮੈਂ ਹਰਿਆਣੇ 'ਚ ਬੋਲੂਗਾ ਉੱਥੇ ਉਲਟ ਹੋਏਗਾ ਉੱਥੇ ਜਾ ਕੇ ਮੈਂ ਉਹਨਾਂ ਦੀ ਲੋੜ ਮੁਤਾਬਕ ਔਰ ਇੱਕ ਭਾਸ਼ਾ ਦੇ ਆਧਾਰ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੋਈ ਸਮਾਂ ਨਹੀਂ 1960 ਦੀ ਮਰਦਮਸ਼ ਮਾਰੀ ਦਾ ਦੁਖਾਂਤ ਅਸੀਂ ਭੁੱਲ ਗਏ ਉਹਨੇ ਕਿੰਨੇ ਕੰਡੇ ਬੀਜੇ ਆ ਉਹ ਕੰਡੇ ਤੇ ਅਜੇ ਤੱਕ ਨਹੀਂ ਚੁਗੇ ਗਏ ਜੇ ਕੰਡੇ ਚੁਗਲੇ ਉਹਨਾਂ ਦਾ ਦਰਦ ਨਹੀਂ ਅਜੇ ਤੱਕ ਹਟ ਰਿਹਾ ਜੇ ਕਿਸੇ ਚੀਜ਼ ਦਾ ਦਰਦ ਨਹੀਂ ਹਟਦਿਆ ਤੇ ਫਿਰ ਉਹਦਾ ਇਲਾਜ ਹੁਣ ਤਦਾ ਬਈ ਸਮਾਂ ਲੱਗੂਗਾ ਇਹ ਵੀ ਮੇਰੀ ਨਿਮਰਤਾ ਨਾਲ ਹੱਥ ਬੰਨ ਕੇ ਬੇਨਤੀ ਹੈ ਉਹ ਭਾਸ਼ਾ ਤੇ ਸਾਡੀ ਮਾਂ ਹੈ ਤੇ ਇਸ ਮਾਂ ਦੇ ਨਾਲ ਕਦੇ ਰਾਜਨੀਤੀ ਨਾ ਕਰੋ ਇਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦੇ ਸ਼ੁਭਚਿੰਤਕ ਬਣੋ ਮੇਰੇ ਕੋਲ ਦੇ ਸਮਾਨੀ ਮਾਇਕਾ ਜੋਲ ਸਾਹਿਬ ਲਾਸਟ ਅਸੀਂ ਕਿੰਨੇ ਸੰਜੀਦਾ ਆਜ ਇੱਕ ਛੋਟੀ ਜੀ ਕਿਤਾਬ ਹੈ ਪਾਤਰ ਸਾਹਿਬ ਬੋਲੀ ਤੇ ਲਿਪੀ ਦੀ ਸਮੱਸਿਆ ਇਹ ਟਾਪ ਕਮਿਊਨਿਸਟ ਲੀਡਰ ਬਹੁਤ ਸਾਰੇ ਪੁਰਾਣੇ ਜਾਣਦੇ ਆ ਹਾਲਾਂਕਿ ਉਹ ਅੰਡਰਗਰਾਉਂਡ ਸੀ ਉਸ ਵੇਲੇ 1 ਲੱਖ ਰੁਪਈਆ ਸਿਰ ਦਾ ਇਨਾਮ ਸੀ 16 ਸਾਲ ਅੰਡਰਗਰਾਉਂਡ ਰਿਹਾ ਤਰੇਡ ਦੇ ਵਿੱਚ ਉਹਨਾਂ ਦੇ ਬਰਾਂਟ ਮਨਸੂਖ ਹੋਇ ਤਾ ਦੋ ਬਾਹਰ ਆਏ ਕਾਮਰ ਤੇਜਾ ਸਿੰਘ ਉਸਤੰਤਰ ਇਹ ਜਨੀਆਂ ਜੁਲਾਈ 60 ਦੇ ਵਿੱਚ ਸਾਡੀ ਕਿੰਨੀ ਸਮਝ ਸੀ ਦੇਸ ਭਾਸ਼ਾ ਦੇ ਪ੍ਰਤੀ ਆ ਛੋਟਾ ਜਿਹਾ ਲੀਫਲੈਟ ਮੈਂ ਅਜੇ ਤੱਕ ਵੀ ਸਾਮਕੇ ਰੱਖਿਆ ਹੋਇਆ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਕਿ ਵੀ ਇਹਦੇ ਪਤੀ ਇੱਥੇ ਸਟੇਜ ਤੇ ਆ ਕੇ ਇਹ ਨਹੀਂ ਕਿ ਮੈਂ ਭਾਸ਼ਣ ਕਰਕੇ ਇਹਦੇ ਪ੍ਰਤੀ ਆਪਣੀ ਸਹਿਰਦਤਾ ਜਾਂ ਕੋਈ ਵਚਨਬੱਧਤਾ ਦੁਹਰਾਵਾਂ ਸਾਡੀ ਲਗਾਤਾਰ ਕਮਿਟਮੈਂਟ ਹੈ ਸਾਡੀ ਇੱਕ ਪੋਲਿਟਿਕਸ ਦਾ ਇਹ ਹਿੱਸਾ ਹੈ ਅਸੀਂ ਪੋਲਿਟਿਕਸ ਨੂੰ ਬੜਾ ਕਰੈਕਟ ਓਨੈਸਟਲੀ ਇਸਤੇਮਾਲ ਕਰਦੇ ਹਾਂ ਇਹਨੂੰ ਕਿਸੇ ਆਪਣੀ ਸਿਆਸੀ ਮੂਫਾਦ ਵਾਸਤੇ ਨਹੀਂ ਜੇ ਕੋਈ ਸ਼ਬਦ ਇਧਰ-ਉਧਰ ਕਹਿ ਦਿੱਤਾ ਹੋਵੇ ਜਾਂ ਜੋ ਤੁਸੀਂ ਇੱਕ ਲੰਬਾ ਚੌੜਾ ਘੇਰਾ ਵਗਲੇ ਅਸੀਂ ਮੈਂ ਤੇ ਡਰ ਗਿਆ ਸੀ ਵੀ ਐਡੇ ਵੱਡੇ ਘੇਰੇ 'ਚ ਬਈ ਕਿਵੇਂ ਬਾਹਰ ਜੋਦੇ ਵਿਚ ਵਿੱਚ ਵੜ ਗਏ ਫਿਰ ਤਾਂ ਨਿਕਲਣਾ ਹੀ ਬੜਾ ਔਖਾ ਸੀ ਚਲੋ ਮੈਂ ਇਸ਼ਾਰੇ ਜੇ ਕਰਕੇ ਜਿਸ ਗੱਲ ਵਾਸਤੇ ਮੈਂ ਆਇਆ ਸੀ ਉੱਥੇ ਮੈਂ ਆਪਣੀ ਗੱਲ ਕਹਿਤੀ ਆ ਤੁਹਾਡਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨ ਅਰਸ਼ੀ ਜੀ ਭਾਸ਼ਾ ਦੇ ਉਥਾਨ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ ਹੈ ਇਹ ਤੱਤਸਾਰ ਹੈ ਅਰਸ਼ੀ ਜੀ ਦੇ ਇਸ ਭਾਸ਼ਣ ਦਾ ਤੇ ਇੱਕ ਮੈਂ ਅਰਸ਼ੀ ਜੀ ਬੇਨਤੀ ਕਰਨੀ ਹੈ ਜ਼ਰੂਰ ਤੁਹਾਨੂੰ ਇਹ ਛੋਟਾ ਜਿਹਾ ਪੰਮਫਲੈਟ ਜਿਹੜਾ ਤੁਸੀਂ ਤੇਜਾ ਸਿੰਘ ਸੰਤੰਤਰ ਹੋਰਾਂ ਦਾ ਦਿਖਾਇਆ ਇਹਨੂੰ ਤੁਸੀਂ ਦੁਬਾਰਾ ਛਾਪ ਕੇ ਜ਼ਰੂਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪਹੁੰਚਾਓ ਨਹੀਂ ਤਾਂ ਇਹ ਤੁਸੀਂ ਮੈਨੂੰ ਦਿਓ ਮੈਂ ਇਹਨੂੰ ਦੁਬਾਰਾ ਛਾਪ ਦੂੰਗਾ ਤੇ ਹੁਣ ਮੈਂ ਤੁਹਾਨੂੰ ਦੇ ਦਿੰਨੀ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਪੀਮਿੰਦਰ ਜੀ ਨੂੰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਨੇ ਕਿ ਉਹ ਆਪਣੀ ਗੱਲ ਰੱਖਣ ਤੇ ਸਮੇਂ ਬਾਰੇ ਮੈਂ ਜ਼ਰੂਰ ਇੱਕ ਵਾਰੀ ਦੁਹਰਾਉਂਗਾ ਕਿ ਖਿਆਲ ਰੱਖਣ ਕਿ 10 ਮਿੰਟ ਦੇ ਵਿੱਚ ਵਿੱਚ ਗੱਲ ਆਪਣੀ ਜਿਹੜੀ ਹੈ ਉਹ ਸਮਾਪਤ ਕਰਾਂ ਪਲੀਜ਼ ਪਰਮ ਸਤਕਾਰ ਯੋਗ ਪ੍ਰਦਾਨਗੀ ਮੰਡਲ ਤੇ ਮੇਰੇ ਸਾਹਮਣੇ ਬਿਰਾਜਮਾਨ ਵਿਦਵਾਨ ਸਾਹਿਤਕਾਰ ਤੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੈਂ ਮਰਬੰਦ ਕਾ ਦਾ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਮਹੱਤਵਪੂਰਨ ਸੈਸ਼ਨ ਜਿਹੜਾ ਰੱਖਿਆ ਔਰ ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਪੰਜਾਬ ਦੀਆਂ ਦੇ ਬੁਲਾਏ ਨੇ ਉਹਦੇ ਲਈ ਵਾਕਈ ਵਧਾਈ ਦੇ ਪਾਤਰ ਨੇ ਔਰ ਮੈਂ ਥੋੜਾ ਜਿਹਾ ਆਪਣੇ ਬਾਰੇ ਪਾਰਟੀ ਵੱਲੋਂ ਖਹਿਰਾ ਸਾਹਿਬ ਨੇ ਆਉਣਾ ਸੀਗਾ ਉਹਨਾਂ ਨੂੰ ਬਹੁਤ ਜ਼ਰੂਰੀ ਮੀਟਿੰਗ ਦੇ ਵਿੱਚ ਜਾਣਾ ਪਿਆ ਉਹਨਾਂ ਦੀ ਹਾਜ਼ਰੀ ਦੇ ਤੌਰ ਤੇ ਮੈਂ ਆ ਰਿਹਾ ਆਇਆ ਤੁਹਾਡੇ ਸਾਹਮਣੇ ਔਰ ਜਿੱਥੋਂ ਤੱਕ ਪੰਜਾਬੀ ਭਾਸ਼ਾ ਦਾ ਸਬੰਧ ਹੈ ਮੈਂ ਥੋੜਾ ਜਿਹਾ 70 ਸਾਲਾਂ ਦੇ ਕਿਉਂਕਿ ਜਦੋਂ ਮੈਨੀਫੈਸਟੋ ਬਣ ਰਹੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਚੱਲ ਰਹੀਆਂ ਸੀਗੀਆਂ ਉਹਨਾਂ ਮੈਨੀਫੈਸਟੋ ਦੇ ਵਿੱਚ ਮੈਨੂੰ ਵੀ ਉਸ ਟੀਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿਹੜੀਆਂ ਇੱਥੇ ਡਿਸਕਸ਼ਨ ਦੇ ਵਿੱਚ ਹਿੱਸਾ ਬਣੀਆਂ ਨੇ ਪੰਜਾਬ ਦੀ ਇਕਨੋਮੀ ਦੀਆਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਬਾਰੇ ਜੋ ਮੈਨੀਫੈਸਟੋ ਪਾਰਟੀਆਂ ਤਿਆਰ ਕਰ ਰਹੀਆਂ ਸੀਗੀਆਂ ਉਹ ਆਮ ਆਦਮੀ ਪਾਰਟੀ ਦੇ ਮੈਨੂੰ ਪਿੱਛੇ ਰੱਖ ਕੇ ਕੰਮ ਕਰਨ ਦਾ ਮੌਕਾ ਮਿਲਿਆ ਉਸ ਟੀਮ ਦੇ ਵਿੱਚ ਔਰ ਉਸੇ ਦੌਰਾਨ ਪੰਜਾਬੀ ਭਾਸ਼ਾ ਬਾਰੇ ਸਾਡਾ ਜਿਹੜਾ ਡਿਸਕਸ਼ਨ ਚੱਲਦੀ ਰਹੀ ਸੰਵਾਦ ਚੱਲਦਾ ਰਿਹਾ ਔਰ ਉਹਦੇ ਵਿੱਚੋਂ ਅਸੀਂ ਜਿਹੜੀਆਂ ਗੱਲਾਂ ਨੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਅ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ ਜਾਂ ਪੰਜਾਬੀ ਭਾਸ਼ਾ ਦਾ ਸਬੰਧ ਹੈ ਪਿਛਲੇ 70 ਸਾਲਾਂ ਦਾ ਇਤਿਹਾਸ ਜੇ ਅਸੀਂ ਪੰਜਾਬ ਦਾ ਵੇਖਦੇ ਆ ਤਾਂ ਬਹੁਤ ਹੀ ਮੈਨੂੰ ਲੱਗਦਾ ਕਿ ਸੰਕਟ ਭਰਪੂਰ ਇਤਿਹਾਸ ਹੈ ਪੰਜਾਬ ਦੇ ਪੰਜਾਬੀ ਦੇ ਮਸਲੀਏ ਦੇ ਵਿੱਚ ਕਿਉਂਕਿ ਪੰਜਾਬੀ ਭਾਸ਼ਾ ਜਿਹਨੂੰ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਅਸੀਂ ਮਾਂ ਬੋਲੀ ਕਹਿੰਦੇ ਆ ਇੱਕ ਮਾਂ ਸਾਨੂੰ ਸਰੀਰਕ ਜਨਮ ਦਿੰਦੀ ਹੈ ਇਸ ਲਈ ਬਹੁਤ ਵੱਡੀ ਮਹਾਨਤਾ ਹੈ ਪੰਜਾਬੀ ਮਾਂ ਬੋਲੀ ਸਾਨੂੰ ਸਮਾਜਿਕ ਜਨਮ ਦਿੰਦੀ ਹੈ ਸਾਨੂੰ ਸਮਾਜਿਕ ਹੋਣ ਬਾਰੇ ਦੱਸਦੀ ਹੈ ਸਾਡਾ ਸਾਰਾ ਕੁਝ ਸਮਾਜ ਨਾਲ ਜੋ ਜੋ ਹੁਣ ਤੱਕ ਜੁੜਿਆ ਹੈ ਪੰਜਾਬੀਆਂ ਦਾ ਪਿਛਲੇ 5000 ਸਾਲ ਤੋਂ ਉਹ ਸਾਡੀ ਭਾਸ਼ਾ ਦੇ ਰਾਹੀਂ ਜੁੜਿਆ ਹੈ ਪੰਜਾਬੀ ਭਾਸ਼ਾ ਦਾ ਦੀ ਜਿਹੜੀ ਇਤਿਹਾਸ ਹੈ 5000 ਸਾਲ ਪੁਰਾਣਾ ਬਹੁਤ ਇਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਨੇ ਔਰ ਜਿਹੜੀ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਹੈ ਮੈਂ ਥੋੜਾ ਜਿਹਾ ਐਗਜ਼ਾਮਪਲ ਦੇਵਾਂਗਾ ਕਿਉਂਕਿ ਜਿਸ ਜਿਸ ਸਮੇਂ ਮੁਲਕ ਦੇਸ਼ ਦੀ ਆਜ਼ਾਦੀ ਦੇ ਖੁਸ਼ੀ ਮਨਾ ਰਿਆ ਸੀਗਾ ਔਰ ਉਸ ਸਮੇਂ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਸੰਕਟ ਖਾਸ ਤੌਰ ਤੇ ਪੰਜਾਬੀ ਭਾਸ਼ਾ ਦਾ ਪੰਜਾਬੀਆਂ ਦਾ ਸੰਕਟ ਮੰਡਰਾ ਰਿਆ ਸੀਗਾ ਕਿ ਸਾਡੇ ਕੋਲੋਂ ਇੱਕ ਵੱਡਾ ਹਿੱਸਾ ਜਿਹੜਾ ਪੰਜਾਬੀਆਂ ਦਾ ਸੀ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪੰਜਾਬੀ ਭਾਸ਼ਾ ਨੂੰ ਛੱਟ ਵੱਜੀ ਉਸ ਵੇਲੇ ਔਰ ਦੂਸਰਾ ਇੱਕ ਫੈਕਟਰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਕਿ ਉਸੇ ਦਿਨ 19 15 ਅਗਸਤ 1947 ਨੂੰ ਹਾਂਜੀ ਸਰ ਜਿਹੜੇ ਮਸਲੇ ਉਠਾਇਆ ਉਹਦਾ ਸਿੱਧਾ ਜਵਾਬ ਦਿਓ ਪਲੀਜ਼ ਮੈਂ ਸਿੱਧਾ ਮੈਂ ਇਹ ਕਹਿਣਾ ਮੈਂ ਥੋੜਾ ਜਿਹਾ ਇਤਿਹਾਸ ਨਾਲ ਬਿਲਕੁਲ ਠੀਕ ਹੈ ਓਕੇ ਮੈਂ ਇਥੇ ਕੁਝ ਦੋਸਤਾਂ ਦਾ ਖਿਆਲ ਹੈ ਕਿ ਮੈਂ ਇਹਨੂੰ ਥੋੜਾ ਜਿਹਾ ਵਿਸਥਾਰ ਦੀ ਬਜਾਏ ਮੈਂ ਸੰਖੇਪ ਕਰਾਂਗਾ ਮੈਂ ਸਾਡਾ ਪੈਪਸੂ ਬਣਦਾ ਮੈਂ ਉੱਥੇ ਹੀ ਆਉਣਾ ਚਾਹਣਾ ਰਵੈਲ ਸਿੰਘ ਜੀ ਪੈਪਸੂ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲਾ ਜਿਹੜਾ ਬਜਟ ਪਾਸ ਹੁੰਦਾ ਉਹ ਪੰਜਾਬੀ ਚ ਹੁੰਦਾ ਮੈਂ ਸਭ ਨੂੰ ਇਹ ਆਪਣੀ ਖੁਸ਼ੀ ਸਾਂਝੀ ਕਰ ਰਿਹਾ ਹਾਂ ਔਰ ਇਹ ਇਹਦਾ ਸਿਹਰਾ ਜਾਂਦਾ ਹੈ ਕਾਂਗਰਸ ਪਾਰਟੀ ਨੂੰ ਮਹਾਰਾਜ ਯਾਦਵਿੰਦਰ ਸਿੰਘ ਨੂੰ ਉਹਨਾਂ ਨੇ ਭਾਸ਼ਾ ਵਿਭਾਗ ਬਣਾਇਆ ਔਰ ਉਸ ਤੋਂ ਬਾਅਦ 1967 ਦੇ ਵਿੱਚ 67 ਦੇ ਵਿੱਚ ਲਛਮਨ ਸਿੰਘ ਹੋਰਾਂ ਨੇ ਰਾਜ ਪਾਸ਼ਾ ਦਾ ਐਕਟ ਪਾਸ ਕੀਤਾ ਔਰ ਰਾਤੋਂ ਰਾਤ ਹੋ ਗਿਆ ਔਰ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿੰਨੀ ਦੇਰ ਸਿਆਸਤ ਇਹਦਾ ਬੇਸ ਵੇਸ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਵੀ ਭਾਸ਼ਾਵਾਂ ਤਰੱਕੀ ਕੀਤੀਆਂ ਨੇ ਸਿਆਸਤ ਰਾਹੀਂ ਕੀਤੀਆਂ ਨੇ ਭਾਸ਼ਾ ਜ਼ਿੰਦਾ ਰਹਿ ਸਕਦੀ ਹੈ ਸਿਆਸਤ ਤੋਂ ਬਿਨਾ ਪਰ ਜੇ ਤਰੱਕੀ ਕਰਨੀ ਆ ਭਾਸ਼ਾ ਨੇ ਉਹ ਸਿਆਸਤ ਜਿੰਨੀ ਦੇਰ ਤੁਹਾਡੀ ਰਾਜ ਸੱਤਾ ਭਾਸ਼ਾ ਦੇ ਨਾਲ ਨਹੀਂ ਹੁੰਦੀ ਓਨੀ ਦੇਰ ਕੋਈ ਵੀ ਭਾਸ਼ਾ ਤਰੱਕੀ ਨਹੀਂ ਕਰੇਗੀ ਔਰ ਪੰਜਾਬੀ ਦਾ ਹਾਲ ਅਸੀਂ ਵੇਖ ਰਹੇ ਆ ਔਰ ਮੈਂ ਇੱਥੇ ਇਹ ਗੱਲ ਇਸ ਲਈ ਪੈਪਸੂ ਦੀ ਐਗਜ਼ਾਮਪਲ ਦਿੱਤੀ ਸੀ ਕਿ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਔਰ ਕਾਂਗਰਸ ਦਾ ਜਿਹੜੀ ਵਿਰਾਸਤ ਹੈ ਉਹ ਪੰਜਾਬੀ ਲਈ ਦੀ ਮੁਦਈ ਦੇ ਤੌਰ ਤੇ ਜਾਣੀ ਜਾਂਦੀ ਹੈ ਮਹਾਰਾਜਾ ਜਯਾਦਵਿੰਦਰ ਜਿਨ੍ਹਾਂ ਨੇ ਪਾਸ਼ਾ ਵਿਪਾਕ ਸ਼ੁਰੂ ਕੀਤਾ ਪੰਜਾਬੀ ਯੂਨੀਵਰਸਿਟੀ ਨੂੰ ਲਿਓਨ ਦਾ ਜਿਹੜਾ ਉਹਨਾਂ ਦੇ ਸਿਰ ਸੇਰਾ ਜਾਂਦਾ ਹੈ ਪਟਿਆਲੇ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਕੰਮ ਕਾਂਗਰਸ ਪਾਰਟੀ ਨੇ ਉਹਨਾਂ ਦੀ ਵਿਰਾਸਤ ਨੇ ਕੀਤੇ ਨੇ ਪਰ ਅੱਜ ਜਿਹੜੀ ਹੈ ਅੱਜ ਜਿਹੜੀ ਸਮੱਸਿਆ ਜੇ ਮੈਂ ਕਹਾਂ ਕਿ ਅੱਜ ਵੱਡੀ ਸਮੱਸਿਆ ਸਾਡੇ ਸਾਹਮਣੇ ਇਹ ਹੈ ਕਿ ਪੰਜਾਬ ਦੇ ਸਕੂਲ 800 ਸਕੂਲ ਪੰਜਾਬੀ ਭਾਸ਼ਾ ਜਿਹੜੀ ਹੈ ਉੱਥੇ ਖਤਮ ਹੋ ਗਈ ਹੈ ਔਰ ਲਗਭਗ 22000 ਸਕੂਲਾਂ ਦੇ ਵਿੱਚ ਅੰਗਰੇਜ਼ੀ ਜਿਹੜੀ ਹੈਗੀ ਹੈ ਪਹਿਲੀ ਭਾਸ਼ਾ ਦੇ ਤੌਰ ਤੇ ਲਾਗੂ ਕਰ ਦਿੱਤੀ ਗਈ ਹੈ ਇਹ ਪਿਛਲੇ ਦੋ ਦੋ ਤਿੰਨ ਮਹੀਨਿਆਂ ਦੀ ਜਿਹੜੀ ਹੈ ਗੱਲ ਮੈਂ ਕਰ ਰਿਹਾ ਸੋ ਪੰਜਾਬੀ ਯੂਨੀਵਰਸਿਟੀ ਬੀਸੀ ਸਾਹਿਬ ਇੱਥੇ ਬੈਠੇ ਨੇ ਸਾਡੇ ਪੰਜਾਬੀ ਯੂਨੀਵਰਸਿਟੀ ਇਸ ਵੇਲੇ ਮਤਲਬ 300 ਕਰੋੜ ਦੀ ਜਿਹੜੀ ਹੈਗਾ ਉਹਨੂੰ ਇਸ ਵੇਲੇ ਇਮੀਡੀਏਟਲੀ ਲੋਡ ਹੈ ਸੋ ਬਜਟ ਸਾਨੂੰ ਬਜਟ ਜਿੰਨੀ ਦੇਰ ਮੈਂ ਬੇਨਤੀ ਕਰਾਂਗਾ ਕਾਂਗਰਸ ਸਰਕਾਰ ਨੂੰ ਕਿ ਜਿੰਨੀ ਦੇਰ ਤੁਸੀਂ ਸਰਕਾਰੀ ਬਜਟ ਨਹੀਂ ਲੈ ਕੇ ਆਉਂਦੇ ਸਾਨੂੰ ਬਜਟ ਜਿਹੜਾ ਹੈ ਮੈਂ ਦਿੱਲੀ ਸਰਕਾਰ ਦੀ ਐਗਜ਼ਾਮਪਲ ਦੇਵਾਂਗਾ ਕਿ ਪਹਿਲੇ ਸਰਕਾਰ ਬਣ ਗਈ ਬਜਟ ਦੁੱਗਣਾ ਹੋਇਆ ਉੱਥੇ ਭਾਸ਼ਾ ਦੇ ਨਾਂ ਤੇ ਔਰ ਸਕੂਲਾਂ ਦੇ ਐਜੂਕੇਸ਼ਨ ਦੇ ਨਾਂ ਤੇ ਉੱਤੇ ਸਾਨੂੰ ਬਜਟ ਲਾਜ਼ਮੀ ਤੌਰ ਤੇ ਭਾਸ਼ਾ ਵਿਭਾਗ ਨੂੰ ਬਚਾਉਣਾ ਪਏਗਾ ਬਜਟ ਦੇ ਰਾਹੀਂ ਸਾਨੂੰ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣਾ ਪਏਗਾ ਇਹ ਸਿਰਫ ਤੇ ਸਿਰਫ ਸਾਡੀ ਜਿਹੜੀ ਸੱਤਾ ਸ਼ੀਲ ਜਿਹੜੀ ਹੈ ਸੱਤਾ ਦੇ ਜਿਹੜੀ ਹੈ ਜਿੰਨਾ ਕੋਲ ਕਾਂਗਰਸ ਪਾਰਟੀ ਹੈਗੇ ਉਹ ਕਰ ਸਕਦੀ ਹੈ ਉਹਨਾਂ ਦੇ ਵਿੱਚ 3 300 ਕਰੋੜ ਇੱਕ ਸਰਕਾਰ ਨੂੰ ਯੂਨੀਵਰਸਿਟੀ ਨੂੰ ਬਚਾਉਣ ਲਈ ਕੋਈ ਵੱਡੇ ਬਾੜੇ ਨਹੀਂ ਲੱਗਦੇ ਆਮ ਆਪੀ ਪਾਰਟੀ ਕੀ ਕਰੇਗੀ ਪੰਜਾਬੀ ਮੈਂ ਮੈਂ ਸਾਡਾ ਸਟੈਂਡ ਕੀ ਆ ਸਾਡਾ ਸਟੈਂਡ ਇਹ ਹੈ ਕਿ ਜਦੋਂ ਵੀ ਸਾਡੀ ਸੱਤਾ ਆਉਂਦੀ ਹੈ ਫਿਊਚਰ ਦੇ ਵਿੱਚ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ ਪੰਜਾਬ ਦੇ ਕਾਨੂੰਨ ਦੇ ਵਿੱਚ ਜੋ ਸਾਨੂੰ ਕਾਨੂੰਨ ਦੇ ਤੌਰ ਤੇ ਸਾਨੂੰ ਸਹੂਲਤਾਂ ਮਿਲੀਆਂ ਨੇ ਉਹਨਾਂ ਤਿੰਨਾਂ ਦੇ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਤੌਰ ਤੇ ਲਾਗੂ ਕੀਤੀ ਜਾਏਗੀ। ਔਰ ਪ੍ਰਬੰਧਕ ਦੇ ਤੌਰ ਤੇ ਵੀ ਚਾਹੇ ਹੋ ਪ੍ਰਸ਼ਾਸਨ ਹੈ ਚਾਹੇ ਉਹ ਚੰਡੀਗੜ੍ਹ ਨੂੰ ਲੈਂਡ ਦਾ ਮਸਲਾ ਹੈ ਚਾਹੇ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦਾ ਮਸਲਾ ਹੈ ਚਾਹੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦਾ ਮਸਲਾ ਹੈ ਅਸੀਂ ਪਹਿਲ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਹਰ ਹਾਲਤ ਦੇ ਵਿੱਚ ਲਾਗੂ ਕੀਤੀ ਜਾਏਗੀ ਔਰ ਇਹਦੇ ਲਈ ਹਾਂਜੀ ਹਾਂਜੀ ਸਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕੋਈ ਕਿਸੇ ਨੂੰ ਵੀ ਫਿਲਹਾਲ ਇਹ ਅਧਿਕਾਰ ਇਹ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਬਲਾਰੇ ਨੂੰ ਜਦੋਂ ਆਪਾਂ 10 ਮਿੰਟ ਦੇ ਦੇ ਦਿੱਤੇ ਆ ਤੇ ਉਹ ਮੈਂ ਸਟੇਜ ਦਾ ਪਰਵੇਲ ਜੀ ਗਲਤ ਗੱਲ ਹੈ ਪਰਵੇਲ ਜੀ ਗਲਤ ਗੱਲ ਹੈ ਮੈਂ ਮੈਨੂੰ ਤੁਸੀਂ ਸਟੇਜ ਦਿੱਤੀ ਆ ਮੈਂ ਚਲਾ ਰਿਹਾ ਤੁਹਾਡਾ ਕੋਈ ਮਤਲਬ ਨਹੀਂ ਹੈ ਵਿੱਚ ਬੋਲਣ ਤੁਸੀਂ ਸਮੱਸਿਆ ਇਹ ਆ ਕਿ ਅਸੀਂ ਅਸੀਂ ਇੱਕ ਦੇਖੋ ਅਸੀਂ ਇੱਕ ਗੱਲ ਅਸੀਂ ਇੱਕ ਗੱਲ ਤੈਅ ਕਰ ਲਈ ਆ ਕਿ ਅਸੀਂ ਹਰ ਬੁਲਾਰੇ ਨੂੰ 10 ਮਿੰਟ ਦੇਣੇ ਆ ਉਹ 10 ਮਿੰਟ ਦੇ ਵਿੱਚ ਕੀ ਕਹਿੰਦਾ ਇਹ ਸਾਨੂੰ ਸੁਣਨਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਉਹ ਆਪਣੀ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਦੱਸਣਾ ਚਾਹੁੰਦਾ ਉਹਨਾਂ ਦੱਸੇ ਉਹ ਸਿਰਫ ਜੋ ਅਸੀਂ ਮੰਗਾ ਕਰਦੇ ਆ ਤਿੰਨ ਦਿਨਾਂ ਤੋਂ ਉਹ ਉਹਨਾਂ ਦੇ ਮੰਗਾ ਦੇ ਵਿੱਚ ਹੀ ਰਲ ਕੇ ਸਾਡੇ ਨਾਲ ਰਲਣਾ ਚਾਹੁੰਦਾ ਸਿਰਫ ਉਹ ਮੰਗਾ ਨੂੰ ਹੀ ਉਸ਼ਾਣਾ ਚਾਹੁੰਦਾ ਤਾਂ ਉਸ਼ਾਲੇ ਸਾਡੀ ਕੋਈ ਸਮੱਸਿਆ ਨਹੀਂ ਆ ਔਰ ਇਹ ਸਾਰੇ ਸਿਆਣੇ ਬੰਦੇ ਬੈਠੇ ਆ ਹਰ ਬੰਦਾ ਵਿਦਵਾਨ ਬੈਠਾ ਇੱਥੇ ਹਰ ਬੰਦੇ ਨੇ ਫੈਸਲਾ ਕਰ ਲੈਣਾ ਕਿ ਆਮ ਆਦਮੀ ਪਾਰਟੀ ਦਾ ਕੀ ਦ੍ਰਿਸ਼ਟੀਕੋਣ ਹੈ ਇਸ ਕਰਕੇ ਪਲੀਜ਼ ਕਿਸੇ ਨੂੰ ਵਿੱਚ ਟੋਕਣ ਦਾ ਕੋਈ ਅਧਿਕਾਰ ਨਹੀਂ ਆ 10 ਮਿੰਟ ਜਦੋਂ ਅਗਲੇ ਦੇ ਪੂਰੇ ਹੋ ਜਾਣਗੇ ਬਾਅਦ ਚ ਸਾਰਾ ਪੂਰਾ ਰੌਂਡ ਹੋ ਜਾਏਗਾ ਉਸ ਤੋਂ ਬਾਅਦ ਮੈਂ ਪਹਿਲਾਂ ਕਹਿ ਚੁੱਕਾ ਕਿ ਓਪਨ ਸੈਸ਼ਨ ਹੋਏਗਾ ਉਹਦੇ ਵਿੱਚ ਤੁਸੀਂ ਕਹਿ ਦਿਓ ਕਿ ਭੀਮਿੰਦਰ ਸਿੰਘ ਨੇ ਕੋਈ ਗੱਲ ਨਹੀਂ ਕੀਤੀ ਸੀ ਗੱਲ ਕਰ ਤੂੰ ਪਲੀਜ਼ ਔਰ ਸ਼ੁਕਰੀਆ ਸੋ ਬਹੁਤ ਧੰਨਵਾਦ ਸੋ ਮੈਂ ਗੱਲ ਕਰ ਰਿਹਾ ਸੀਗਾ ਕਿ ਜੇ ਤੂ ਇਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ এডੂਕੇਸ਼ਨ ਦੇ ਵਿੱਚ ਸੁਧਾਰ ਕੀਤੇ ਜਾਣਗੇ ਜਿਵੇਂ ਇੱਥੇ ਸਕੂਲਾਂ ਦੀ ਗੱਲ ਹੋਈ ਹੈ ਔਰ ਉਹਦਾ ਬਜਟ ਦੁੱਗਣਾ ਕੀਤਾ ਜਾਏਗਾ ਭਾਸ਼ਾ ਦੇ ਨਾਂ ਦੇ ਭਾਸ਼ਾ ਦੇ ਨਾਂ ਦੇ ਉਤੇ ਜਿੰਨੀਆਂ ਸੰਸਥਾਵਾਂ ਮਾ ਪੰਜਾਬ ਦੇ ਵਿੱਚ ਬਣੀਆਂ ਨੇ ਜਾਂ ਪੰਜਾਬ ਤੋਂ ਬਾਹਰ ਬਣੀਆਂ ਨੇ ਉਹਨਾਂ ਦਾ ਬਜਟ ਦੁੱਗਣਾ ਕੀਤਾ ਜਾਏਗਾ ਯੂਨੀਵਰਸਟੀਆਂ ਨੂੰ ਬਚਾਇਆ ਜਾਏਗਾ ਯੂਨੀਵਰਸਟੀਆਂ ਦੇ ਵਿੱਚ ਜਿਹੜੀ ਪੰਜਾਬੀ ਜਿਹੜੀ ਲੈਕਚਰਰਾਂ ਦੀ ਜਿਹੜੀ ਖਾਸ ਤੌਰ ਤੇ ਔਰ ਸਕੂਲ ਅਧਿਆਪਕਾਂ ਦੀ ਜਿਹੜੀ ਪਿਛਲੇ 16 17 ਸਾਲ ਤੋਂ ਭਰਤੀ ਰੁਕੀ ਹੋਈ ਹੈ ਉਸ ਨੂੰ ਵਿਧਾਨ ਦੇ ਵਿੱਚ ਪੂਰੀ ਪੂਰਾ ਜਿਹੜਾ ਹੈਗਾ ਕਾਰਜ ਕੀਤਾ ਜਾਏਗਾ ਇਹਨਾਂ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਨੇ ਇਹ ਐਸੀ ਗੱਲ ਨਹੀਂ ਹੈ ਕਿ ਅਸੀਂ ਇਹਨਾਂ ਤੇ ਨਜ਼ਰ ਨਹੀਂ ਰੱਖ ਰਹੇ ਪਿਛਲੇ ਲਗਭਗ 1996 ਤੋਂ ਬਾਅਦ ਜੋ ਰੋਕ ਲੱਗੀ ਹੋਈ ਹੈ ਅਧਿਆਪਕਾਂ ਦੀ ਭਰਤੀ ਦੇ ਉੱਤੇ ਉਹਨੂੰ ਖੋਲ੍ਹਿਆ ਜਾਏਗਾ ਲਾਜ਼ਮੀ ਤੌਰ ਤੇ ਇੱਥੇ ਇੱਕ ਗੱਲ ਇਹ ਆਈ ਸੀ ਕਿ ਵਿਸ਼ਵੀਕਰਨ ਦੇ ਦੌਰ 'ਚ ਇਹ ਸੰਭਵ ਨਹੀਂ ਹੈ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਪਰ ਮੈਨੂੰ ਲੱਗਦਾ ਕਿ ਸਾਡੇ ਕੋਲ ਜਿੰਨਾ ਕਿ ਬਜਟ ਹੈ ਜਿੰਨਾ ਜਿੰਨਾ ਪੰਜਾਬ ਸਰਕਾਰ ਦਾ ਬਜਟ ਹੈ ਉਹਦੇ ਵਿੱਚ ਜੇ ਅਸੀਂ ਇਹਨੂੰ ਪਲੈਨਿੰਗ ਦੇ ਨਾਲ ਵਰਤਾਂਗੇ ਪਲੈਨਿੰਗ ਦੇ ਨਾਲ ਇਸ ਨੂੰ ਇਹਦੀ ਵਰਤੋਂ ਹੋਏਗੀ ਜਾਂ ਚੰਗੇ ਕੰਮਾਂ ਦੇ ਵਿੱਚ ਵਰਤੋਂ ਹੋਏਗੀ ਜਾਂ ਜਿਹੜਾ ਭ੍ਰਿਸ਼ਟਾਚਾਰ ਦੇ ਵਿੱਚ ਇਸ ਬਜਟ ਦੇ ਵਿੱਚ ਰਾਹੀਂ ਕੀਤਾ ਜਾਂਦਾ ਉਹਦੇ ਵਿੱਚੋਂ ਕੱਟ ਜਿਹੜਾ ਉਹਨੂੰ ਖਤਮ ਕੀਤਾ ਜਾਏਗਾ ਤਾਂ ਇਹ ਹੀ ਬਜਟ ਤੁਹਾਡੇ ਸਾਰਿਆਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਪੰਜਾਬੀ ਭਾਸ਼ਾ ਦੇ ਉੱਤੇ ਪੰਜਾਬ ਨੂੰ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਬਣਾਉਣ ਦੇ ਲਈ ਜੇ ਵਰਤਿਆ ਜਾਏਗਾ ਤਾਂ لازمی ਤੌਰ ਤੇ ਇੱਕ ਨਵਾਂ ਪੰਜਾਬ ਜਿਹੜਾ ਹੈ ਅਸੀਂ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਮਕਸਦ ਦੇ ਲਈ ਇਹ ਇਹ ਪਵਿੱਤਰ ਮਕਸਦ ਆਏ ਮੈਂ ਫੇਰ ਕਹਾਂਗਾ ਇਹ ਇਕੱਲੀ ਸਾਡੀ ਪਾਰਟੀ ਦਾ ਮਕਸਦ ਨਹੀਂ ਹੈ ਸਾਨੂੰ ਸਾਰਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਂ ਦੇ ਉੱਤੇ ਪੰਜਾਬੀ ਸੱਭਿਆਚਾਰ ਦੇ ਨਾਂ ਦੇ ਉੱਤੇ ਪੰਜਾਬੀ ਬੋਲੀ ਦੇ ਨਾਂ ਦੇ ਉੱਤੇ ਸਾਨੂੰ ਸਾਰੀਆਂ ਪਾਰਟੀਆਂ ਨੂੰ ਆਪਣੇ ਨਿੱਜੀ ਮਫਾਦ ਛੱਡਦੇ ਹੋਏ ਜੇ ਅਸੀਂ ਜੇ ਭਾਸ਼ਾ ਬਚੇਗੀ ਤਾਂ ਪੰਜਾਬੀ ਬਚੇਗਾ ਪੰਜਾਬ ਬਚੇਗਾ ਪੰਜਾਬੀਅਤ ਬਚੇਗੀ ਜੇ ਤੁਹਾਡੀ ਭਾਸ਼ਾ ਜਿਹੜੀ ਯੂਨੈਸਕੋ ਕਹਿ ਰਹੀ ਹੈ ਜੇ ਆਉਣ ਵਾਲੇ ਸਮੇਂ ਇਹਹੀ ਇਹਹੀ ਚੱਲਦਾ ਰਿਹਾ ਆਉਣ ਵਾਲੇ 50 ਸਾਲਾਂ ਦੇ ਦੌਰਾਨ ਤੁਹਾਡੀ ਪਾਸ਼ਾ ਜਿਹੜੀ ਹੈ ਖਤਮ ਹੋ ਜਾਏਗੀ ਸੋ ਆਓ ਆਪਾਂ ਰਲ ਮਿਲ ਕੇ ਇੱਕ ਇੱਕ ਬਹੁਤ ਵੱਡਾ ਇੱਕ ਜੋ ਸੁਪਨਾ ਆਮ ਆਦਮੀ ਪਾਰਟੀ ਨੇ ਲਿਆ ਹੈ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾਉਣ ਦਾ ਉਸ ਨਵੇਂ ਪੰਜਾਬ ਦਾ ਜਿਹੜਾ ਸੁਪਨਾ ਅਸੀਂ ਦੁਬਾਰਾ ਜਗਾਈਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਨੂੰ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਪੰਜਾਬੀਅਤ ਨੂੰ ਹੋਰ ਪਰਫੁੱਲਤ ਦੇ ਕਰਨ ਦੇ ਲਈ ਆਪਣੀਆਂ ਨਿੱਜੀ ਮਫਾਦਿਆਂ ਦੇ ਵਿੱਚੋਂ ਉੱਭਰ ਕੇ ਇੱਕ ਵੱਡਾ ਜਿਹੜਾ ਨਵਾਂ ਨਵਾਂ ਜਿਹੜਾ ਹੈਗਾ ਸਮਾਜ ਬਣਾਈਏ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਹੁਣ ਤੱਕ ਦੇ ਦੋ ਬੁਲਾਰਿਆਂ ਦੀ ਸਾਂਝੀ ਤੰਦ ਜਿਹੜੀ ਉੱਪਰ ਰਹੀ ਹੈ ਉਹ ਇਹ ਹੈ ਕਿ ਪੰਜਾਬੀ ਪਾਸ਼ਾ ਦਾ ਮਸਲਾ ਰਾਜਨੀਤਿਕ ਬਲਗਣਾ ਤੋਂ ਉੱਪਰ ਹੈ ਔਰ ਸਾਰਿਆਂ ਨੂੰ ਸਾਂਝੇ ਹੋ ਕੇ ਇਹਦੇ ਲਈ ਆਵਾਜ਼ ਠਾਉਣ ਦੀ ਜ਼ਰੂਰਤ ਹੈ ਔਰ ਤਾਂ ਹੀ ਪੰਜਾਬ ਦਾ ਕੋਈ ਪਲਾਹ ਹੋ ਸਕਦਾ ਤੇ ਮੈਂ ਸਰਦਾਰ ਇਕਵਾਲ ਸਿੰਘ ਲਾਲਪੁਰਾ ਜੀ ਨੂੰ ਬੇਨਤੀ ਕਰੂੰਗਾ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧੀ ਨੇ ਕਿ ਉਹ ਆਪਣੀ ਪਾਰਟੀ ਦਾ ਪ੍ਰੋਗਰਾਮ ਦੱਸਣ 10 ਮਿੰਟ ਵਿੱਚ ਪਲੀਜ਼ ਕਰਨ ਆਪਣਾ ਸਤਕਾਰਯੋਗ ਪ੍ਰਧਾਨਿੰਦਲ ਹਾਜ਼ਰ ਸਾਰੇ ਬਜ਼ੁਰਗੋ ਪੜ੍ਹਨੇ ਉਤੇ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸੁਬੰਦ ਉਸ ਪਾਰਟੀ ਨਾਲ ਹੈ ਜਿਹੜੀ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ। ਔਰ ਸਟੇਟ ਦੇ ਵਿੱਚ ਅਸੀਂ ਪਿਛਲੇ 50 ਸਾਲਾਂ ਤੋਂ ਹੀ ਹਮੇਸ਼ਾ ਅਕਾਲੀ ਦਲ ਦੇ ਸਾਥ ਦੇ ਕੇ ਕੋਸ਼ਿਸ਼ ਕਰਦੇ ਆ ਕਿ ਪੰਜਾਬ ਅੱਗੇ ਵਧੇ ਪੰਜਾਬ ਤਰੱਕੀ ਕਰੇ ਜਿੱਥੋਂ ਦਾ ਕੇਂਦਰ ਸਰਕਾਰ ਦਾ ਮਸਲਾ ਹੈ ਪਿਛਲੇ 4 ਸਾਲਾਂਾਂ ਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ 100 ਤੋਂ ਵੱਧ ਸਕੀਮਾਂ ਤਕਰੀਬਨ ਹਰ ਤੀਜੇ ਦਿਨ ਇੱਕ ਨਵੀਂ ਯੋਜਨਾ ਲੈ ਕੇ ਆਉਂਦੇ ਆ ਸਕੀਮ ਲੈ ਕੇ ਆਉਂਦੇ ਆ ਔਰ ਉਹ ਚਾਹੁੰਦੇ ਆ ਕਿ ਇਹ ਲੇਕਿਨ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਹਸਣਾ ਵੀ ਤਾਂ ਬਹੁਤ ਜ਼ਰੂਰੀ ਆ ਤੁਹਾਡਾ ਧੰਨਵਾਦ ਤੁਸੀਂ ਹੱਸਿਓ ਜਿਹੜਾ ਬੰਦਾ ਹੱਸਦਾ ਨਹੀਂ ਉਹ ਜੀਵਨ ਤਾਂ ਆਨੰਦ ਹੀ ਨਹੀਂ ਮਾਣ ਸਕਦਾ ਗੱਲ ਇਹ ਆ ਕਿ 100 ਯੋਜਨਾਵਾਂ ਬਣੀਆਂ ਉਹਨਾਂ ਯੋਜਨਾਵਾਂ ਨੂੰ ਪਿੰਡ ਤੱਕ ਲੈ ਕੇ ਜਾਣਾ ਹਰ ਨੌਜਵਾਨ ਤੱਕ ਲੈ ਕੇ ਜਾਣਾ ਹਰ ਪਰਿਵਾਰ ਤੱਕ ਲੈ ਕੇ ਜਾਣਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਮੈਂ ਸਾਡੇ ਇੱਥੇ ਇੱਕ ਲੈਂਗੁਏਜ ਡਿਪਾਰਟਮੈਂਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦੇ ਸਰਦ ਬਲਤੇਜ ਸਿੰਘ ਮਾਨ ਉਹਦੇ ਮੈਂਬਰ ਹੈ ਪੰਜਾਬ ਵੱਲੋਂ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਵਿਦਿਆਰਥੀਆਂ ਨੂੰ ਵਜੀਫਾ ਉਹ ਦੇ ਸਕਦੇ ਆ ਔਰ ਵਿਦਿਆਰਥੀਆਂ ਤੇ ਜਿਹੜੀ ਸਾਡੀ ਵਿਦਿਆ ਦੀ ਪ੍ਰਣਾਲੀ ਦੇ ਵਿੱਚ ਬਹੁਤ ਸਾਰੀ ਮਦਦ ਕਰ ਸਕਦੇ ਆ ਤੇ ਮੈਂ ਉਹਨਾਂ ਨਾਲ ਕਈ ਵਾਰੀ ਮਿਲਦਾ ਰਹਿਣਾ ਤੇ ਮੈਨੂੰ ਬੜਾ ਅਫਸੋਸ ਹੁੰਦਾ ਉਹ ਹਰ ਵਾਰੀ ਕਹਿੰਦੇ ਨੇ ਕਿ ਕੋਈ ਸਾਡੇ ਕੋਲ ਲੈ ਕੇ ਤੇ ਆਵੇ ਰਿਕੁਐਸਟ ਜੇ ਕੋਈ ਰਿਕੁਐਸਟ ਲੈ ਕੇ ਆਏਗਾ ਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਾਂਗੇ ਲੇਕਿਨ ਉਹ ਗੱਲ ਜਿਹੜੀ ਹੈ ਉੱਥੋਂ ਤੱਕ ਅੱਗੇ ਪਹੁੰਚੀ ਨਹੀਂ ਦੂਜੀਆਂ ਗੱਲਾਂ ਨੇ ਸਾਡੀ ਪਾਰਟੀ ਦਾ ਆਪਣਾ ਜੋਰ ਹੈ ਅਸੀਂ ਸਾਰੇ ਧਿਆਨ ਹੈ ਕਿ ਪੰਜਾਬ ਬਾਰਡਰ ਸਟੇਟ ਹੈ ਇੱਥੇ ਅਮਨ ਬਹਾਲ ਰਵੇ ਇੱਥੇ ਸਮਰਸਤਾ ਰਵੇ ਜਿਹੜਾ ਇਹ ਸਮਾਜ ਆ ਜਿਹਨੂੰ ਪੰਜਾਬ ਜਿਸ ਧਰਤੀ ਤੇ ਅਸੀਂ ਮੰਨਦੇ ਆ ਇੱਥੋਂ ਦਾ ਇੱਕੋ ਹੀ ਸੱਭਿਆਚਾਰ ਹੈ ਕਿਸੇ ਨੂੰ ਗਿਸ ਨਹੀਂ ਕਰਨਾ ਚਾਹੀਦਾ ਮੈਂ ਨਹੀਂ ਮੇਰੇ ਤੋਂ ਪਹਿਲਾਂ ਇੱਕ ਬਜ਼ੁਰਗ ਜਿਹੜੇ ਆ ਪੁਰਾਣੇ ਸਾਡੇ ਰਾਈਟਰ ਨੇ ਲਿਖਿਆ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਇੱਕ ਐਸੀ ਸਭਤਾ ਹੈ ਜਿਹਨੂੰ ਸਾਰਿਆਂ ਦੇ ਪਿਆਰ ਦਿੰਦੀ ਹੈ ਸਾਰਿਆਂ ਨੂੰ ਸਤਿਕਾਰ ਦਿੰਦੀ ਹੈ ਤੇ ਸਾਰਿਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੀ ਹੈ ਜੇਕਰ ਅਸੀਂ ਕਿਸੇ ਜਗ੍ਹਾ ਬਹੁਤ ਸਾਰੀਆਂ ਕਮੀਆਂ ਸਾਡੇ ਸਮਾਜ ਸਾਰੇ ਪਾਸੇ ਨਜ਼ਰ ਆਉਂਦੀਆਂ ਹਨ ਅੱਜ ਨਸ਼ਿਆਂ ਦੀ ਸਮੱਸਿਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ ਇੰਡਸਟਰੀ ਸਾਡੀ ਡਿਵੈਲਪ ਹੋ ਰਹੀ ਲੇਕਿਨ ਇਹਦੇ ਲਈ ਕੌਣ ਇੱਕ ਵਿਅਕਤੀ ਨੂੰ ਅਸੀਂ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਬਹੁਤ ਸਾਰਾ ਪੈਸਾ ਪ੍ਰੋਪੋਜ਼ਲ ਜਿੱਥੋਂ ਜਾਨੀ ਹੈ ਸਾਡੇ ਏਮਸ ਵੀ ਬਣ ਕੇ ਆਈ ਹੈ ਬਠਿੰਡੇ ਦੇ ਵਿੱਚ ਹੋਰ ਦੂਜੇ ਪਾਸੇ ਸਾਰਾ ਸਰਕਾਰ ਕੇਂਦਰ ਸਰਕਾਰ ਵੱਲੋਂ ਯਤਨ ਹੋ ਰਹੇ ਹੈ ਲੇਕਿਨ ਅਸੀਂ ਜਦ ਤੱਕ ਆਪ ਮਿਲ ਕੇ ਨਾ ਬੈਠਾਂਗੇ ਇਹ ਮੈਂ ਸਮਝ ਨਹੀਂ ਇਕੱਲੀ ਸਾਡੀ ਸਟੇਟ ਹੈ ਜਿਹਦੇ ਵਿੱਚ ਅਸੀਂ ਕਿਸੇ ਇੱਕ ਵੀ ਸਮੱਸਿਆ ਨੂੰ ਲੈ ਕੇ ਸਾਰੇ ਰਾਜਨੀਤਿਕ ਆਗੂ ਜਿਹੜੇ ਆ ਉਹ ਇੱਕ ਮੁੱਠ ਨਹੀਂ ਹੋਏ ਔਰ ਅਸੀਂ ਉਸ ਪਾਸੇ ਅੱਗੇ ਤੁਰੇ ਨਹੀਂ 1966 ਦੇ ਵਿੱਚ ਆਲ ਇੰਡੀਆ ਜਨ ਸੰਘ ਦੇ ਉਸ ਵੇਲੇ ਜਨ ਸੰਘ ਨਾ ਹੁੰਦਾ ਸੀ ਉਹਦੇ ਪ੍ਰੈਜ਼ੀਡੈਂਟ ਬਲਰਾਜ ਮਧੋਗ ਜੀ ਇੱਥੇ ਆਏ ਸੀ ਜਦੋਂ ਪੰਜਾਬ ਦੀ ਵੰਡ ਦੀ ਗੱਲ ਚੱਲਦੀ ਸੀ ਤੇ ਉਹਨਾਂ ਨੇ ਵੀ ਇਹ ਗੱਲ ਆਖੀ ਸੀ ਕਿ ਪੰਜਾਬ ਨੂੰ ਜੇ ਵੰਡਣਾ ਹੈ ਤੇ ਕਰਨਾਲ ਤੇ ਹੋਰ ਜਿੰਨੇ ਵੀ ਪੁਰਾਣੇ ਪੰਜਾਬੀ ਬੋਲਦੇ ਇਲਾਕੇ ਆ ਜੰਮੂ ਕਸ਼ਮੀਰ ਦੇ ਕਾਂਗੜਾ ਇਹ ਸਾਰਾ ਪੰਜਾਬ ਦਾ ਹਿੱਸਾ ਹੋਣਾ ਚਾਹੀਦਾ ਹੈ ਲੇਕਿਨ ਉਹਨਾਂ ਦੀ ਗੱਲ ਉਹ ਰਿਕਾਰਡ ਦੇ ਉੱਤੇ ਮੌਜੂਦ ਹੈ ਲੇਕਿਨ ਅਸੀਂ ਉਹ ਪੰਜਾਬ ਇੱਕ ਛੋਟਾ ਪੰਜਾਬ ਰਹਿ ਗਿਆ ਕੀ ਮੇਰੇ ਤੋਂ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਉਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਚੱਲੀਏ ਅਸੀਂ ਆਪਣੇ ਸਮੱਸਿਆਵਾਂ ਨੂੰ ਕਿਵੇਂ ਪ੍ਰੋਪਰਲੀ ਰਿਪਰੈਜ਼ੈਂਟ ਕਰੀਏ ਇਹ ਜਦ ਤੱਕ ਅਸੀਂ ਸਾਰੇ ਮਿਲ ਕੇ ਇਸ ਪਾਸੇ ਉਦਮ ਨਹੀਂ ਕਰਦੇ ਯਤਨ ਨਹੀਂ ਕਰਦੇ ਮੈਂ ਸਮੀਂ ਦਾ ਸਮਾਜ ਜਿਹੜਾ ਸਾਡਾ ਇਹਨੂੰ ਤਰੱਕੀ ਨਹੀਂ ਜਿੱਥੋਂ ਤੱਕ ਪੰਜਾਬੀ ਦੀ ਗੱਲ ਹੈ ਮੈਂ ਆਪ ਇੱਕ ਪੰਜਾਬੀ ਲੇਖਕ ਹਾਂ ਮੌਕਾ ਮਿਲਿਆ 10-12 ਕਿਤਾਬਾਂ ਲਿਖਣ ਦਾ ਸ਼ਾਇਦ ਲਾਹੌਰ ਯੂਨੀਵਰਸਿਟੀ ਦੇ ਵਿੱਚ ਮੈਂ ਹੀ ਇੱਕ ਲੇਖਕ ਹਾਂ ਜਿਹਦੀ ਪੰਜਾਬ ਵੱਲੋਂ ਡਾਣ ਅਖਬਾਰ ਨੇ ਵੀ ਉਹਦਾ ਰਿਵਿਊ ਛਾਪਿਆ ਤੇ ਕਿਤਾਬ ਉੱਥੇ ਪੜਾਈ ਜਾਂਦੀ ਹੈ ਮੁਸਲਮਾਨ ਕਹਾਵਣ ਮੁਸ਼ਕਲ ਲੇਕਿਨ ਗੱਲ ਇਹ ਹੈ ਕਿ ਜਿਹੜਾ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਰਿਸਰਚ ਸੈਂਟਰ ਦੀ ਇੱਕ ਸਕੂਲ ਦਾ ਪ੍ਰਧਾਨ ਵੀ ਜਾਂ ਰਿਸਰਚ ਸੈਂਟਰ ਬਣਾਉਣਾ ਸੀ ਤੇ ਮੈਂ ਭਾਸ਼ਾ ਵਿਭਾਗ ਤੋਂ ਕਿਤਾਬਾਂ ਖਰੀਦੀਆਂ ਸਰਦਾਰ ਚੇਤਨ ਸਿੰਘ ਡਾਇਰੈਕਟਰ ਸੀ ਉਹ ਉਹਨਾਂ ਨੇ ਕਿਤਾਬਾਂ ਮੈਨੂੰ ਭੇਜੀਆਂ ਤੇ ਮੈਂ ਸੋਚ ਰਿਹਾ ਸੀ 50-60000 ਰੁਪਏ ਲੱਗ ਜਾਏਗਾ ਤੇ ਜਿੰਨੀਆਂ ਕਿਤਾਬਾਂ ਉਹਨਾਂ ਨੇ ਮੈਨੂੰ ਦਿੱਤੀਆਂ ਉਹਨਾਂ ਦੀ ਕੁੱਲ ਕੀਮਤ 1932 ਰੁਪਏ ਸੀ ਗੱਲ ਇਹ ਹੈ ਕਿ ਅਸੀਂ ਇੰਨਾ ਕੀ ਡਿਵੈਲਪ ਕਰ ਸਕੇ ਹ ਜਿਹੜਾ ਸਾਡਾ ਜਿਹੜਾ ਵਿਦਿਅਕ ਸਿਸਟਮ ਹੈ ਇਹ ਸਸਤਾ ਤੇ ਮਿਆਰੀ ਹੋਵੇ ਮੈਂ ਆਪ ਉਹਨਾਂ ਦੇ ਉਸ ਕੰਮ ਦੇ ਵਿੱਚ ਲੱਗਾ ਹੋਇਆ ਤੇ ਮੈਂ ਵੇਖਿਆ ਕਿ ਸਾਡੇ ਕੋਲ ਤਾਂ ਪੰਜਾਬੀ ਦਾ ਮਟੀਰੀਅਲ ਹੀ ਤਿਆਰ ਨਹੀਂ ਹੈਗਾ ਅਸੀਂ ਸਾਇੰਸ ਟੈਕਨੋਲੋਜੀ ਪੜ੍ਹਾ ਹੀ ਨਹੀਂ ਰਹੇ ਜੇ ਅਮਰੀਕਾ ਜਾ ਕੇ ਮੈਂ ਬਾਹਰ ਜਾਇਦਾ ਵੇਖੀਦਾ ਤੇ ਉੱਥੇ ਪੰਜਾਬੀ ਜਿਹੜੀ ਹੈ ਉਹ ਪੰਜਾਬੀ ਇੰਗਲਿਸ਼ ਇਜ਼ ਅ ਸੈਕੰਡ ਲੈਂਗੁਏਜ ਨਾਟ ది ਫਰਸਟ ਲੈਂਗੁਏਜ ਜਿੰਨੀ ਐਜੂਕੇਸ਼ਨ ਹੁੰਦੀ ਹੈ ਉਹ ਆਪਣੀ ਮਾਤ ਭਾਸ਼ਾ ਚ ਦਿੰਦੇ ਆ ਬੰਗਾਲੀ ਚ ਵੀ ਦਿੰਦੇ ਆ ਪੰਜਾਬੀ ਚ ਵੀ ਦਿੰਦੇ ਆ ਜਿੰਨੀਆਂ ਸਪੈਨਿਸ਼ ਵੀ ਦਿੰਦੇ ਆ ਲੇਕਿਨ ਅਸੀਂ ਕੇਵਲ ਤੇ ਕੇਵਲ ਅੱਜ ਵੀ ਸਾਡਾ ਬੱਚਾ ਜੇਕਰ ਉਹ ਅੰਗਰੇਜ਼ੀ ਨਹੀਂ ਬੋਲਦਾ ਜਾਂ ਅੰਗਰੇਜ਼ੀ ਉਹ ਅੱਗੇ ਜਾ ਕੇ ਨਹੀਂ ਦੂਜੇ ਨਾਲ ਗੱਲ ਕਰ ਸਕਦਾ ਤੇ ਅਸੀਂ ਸਮਝਦੇ ਨੂੰ ਪੜਨਾ ਹੀ ਨਹੀਂ ਆਉਂਦਾ ਔਰ ਉਸ ਨਾਂ ਤੇ ਹੀ ਸਾਡੀ ਲੁੱਟ ਹੋ ਰਹੀ ਹੈ ਅੰਗਰੇਜ਼ੀ ਦੇ ਨਾਂ ਤੇ ਔਰ ਹੋਏਗੀ ਵੀ ਮੈਂ 40 ਸਾਲ ਸਰਕਾਰੀ ਨੌਕਰੀ ਕੀਤੀ ਹੈ ਤੇ ਜਦੋਂ ਵੀ ਮੀਟਿੰਗਾਂ 'ਚ ਜਾਈਦਾ ਸੀ ਉੱਥੇ ਮੀਟਿੰਗਾਂ 'ਚ ਬੋਲਣ ਲੱਗੇ ਬਿਊਰੋਕਰੇਟਸ ਨਾਲ ਇਹ ਗੱਲ ਕਰਨੀ ਪੈਂਦੀ ਹੈ ਵੀ ਮੈਨੂੰ ਭਾਈ ਅੰਗਰੇਜ਼ੀ ਆਉਂਦੀ ਹੈ ਮੈਂ ਆਪਣੀ ਮਾਤ ਪਾਸ਼ਾ ਕਰਕੇ ਪੰਜਾਬੀ 'ਚ ਬੋਲਦੇ ਆਂ ਅੱਜ ਵੀ ਕੋਈ ਵੀ ਸਰਕਾਰੀ ਦਫ਼ਤਰ ਦੇ ਵਿੱਚ ਭਾਵੇਂ ਕੋਈ ਵੀ ਸਰਕਾਰ ਆਈ ਹੈ ਭਾਵੇਂ ਅੱਜ ਦੀ ਵੀ ਸਰਕਾਰ ਹੈ ਚਿੱਠੀ ਤੁਸੀਂ ਪੰਜਾਬੀ ਦੇ ਵਿੱਚ ਲਿਖ ਕੇ ਉਥੋਂ ਕੋਈ ਉਹਦੇ ਤੇ ਅਸਰ ਜਵਾਬ ਲੈ ਨਹੀਂ ਸਕਦੇ ਉਦੋਂ ਤੱਕ ਮੈਂ ਇੱਕ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਵਾਰੀ ਚਿੱਠੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਲਿਖ ਕੇ ਭੇਜਿਓ ਤੇ ਮੈਂ ਉਹਨਾਂ ਨੂੰ ਪੰਜਾਬੀ 'ਚ ਲਿਖ ਕੇ ਭੇਜ ਦਿੱਤਾ ਮੈਨੂੰ ਕਹਿਣ ਲੱਗੇ ਯਾਰ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ 'ਚ ਲਿਖ ਕੇ ਭੇ ਸੋ ਜੇਕਰ ਅਸੀਂ ਆਪ ਹੀ ਉੱਪਰਲੇ ਲੈਵਲ ਤੱਕ ਉਸ ਗੱਲ ਨੂੰ ਪੰਜਾਬੀ ਨੂੰ ਮਾਨ ਹੀ ਨਹੀਂ ਦੇ ਰਿਹਾ ਅਸੀਂ ਪੰਜਾਬੀ ਦੀ ਗੱਲ ਹੀ ਨਹੀਂ ਕਰ ਰਹੇ ਅਸੀਂ ਪਾਰਟੀਆਂ ਧੜਿਆਂ ਤੇ ਉੱਠ ਕੇ ਇੱਕ ਆਪਣੀ ਭਾਸ਼ਾ ਇੱਕ ਆਪਣਾ ਸਮਾਜ ਇਹਦੀ ਤਕਰੀ ਦੀ ਗੱਲ ਨਹੀਂ ਕਰਾਂਗੇ ਤੇ ਮੈਂ ਸਮਝਦਾ ਅਸੀਂ ਜੋ ਕੁਝ ਅਸੀਂ ਆ ਉਪਰਾਲਾ ਹੋ ਰਿਹਾ ਹੈ ਬੜਾ ਸ਼ਲਾਘਾਯੋਗ ਉਪਰਾਲਾ ਹੈ ਘਟੋ ਘਟ ਸਾਰੇ ਜੁੜੇ ਲੋਕ ਆ ਕੇ ਇੱਕ ਸਟੇਜ ਤੋਂ ਬੋਲ ਰਹੇ ਨੇ ਔਰ ਸਾਨੂੰ ਇਕੱਠਿਆਂ ਮਿਲ ਕੇ ਇੱਕ ਉਦਮ ਕਰਨਾ ਚਾਹੀਦਾ ਜਿਵੇਂ ਚੰਡੀਗੜ੍ਹ ਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਮਸਲਾ ਹੈ ਮੈਂ ਸਮਝਦਾ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਸ ਵੇਲੇ ਦੀ ਜਿਹੜੀ ਐਮਪੀ ਮੈਂਬਰ ਪਾਰਲੀਮੈਂਟ ਆ ਉਹ ਵੀ ਪੰਜਾਬਣ ਲੜਕੀ ਆ ਹਰੀਕੇਰੀ ਰਹਿਣ ਵਾਲੀ ਆ ਪਿੱਛੋਂ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਇਕੱਠੇ ਕਰੀਏ ਚੱਲੀਏ ਜਿੱਥੇ ਵੀ ਜੋਰ ਪੈਂਦਾ ਉੱਥੇ ਨਾਲ ਹੋ ਕੇ ਕੰਮ ਕਰਾਂਗੇ ਤੇ ਤਰੱਕੀ ਹੋਏਗੀ ਜੇ ਅਸੀਂ ਇਹਨਾਂ ਨੂੰ ਧੜਿਆਂ ਤੇ ਗਰੁੱਪਾਂ 'ਚ ਵੰਡ ਕੇ ਸੋਚੀਏ ਕਿ ਅਸੀਂ ਆਪਣਾ ਦੇਸ਼ ਸਮਾਜ ਤਰੱਕੀ ਕਰ ਲਾਂਗੇ ਫਿਰ ਤਾਂ ਆਪਾਂ ਮਿਹਣੇ ਹੀ ਦੇ ਸਕਦੇ ਆ ਇੱਕ ਦੂਜੇ ਨੂੰ ਇਸ ਤੋਂ ਬਾਅਦ ਕੁਝ ਨਹੀਂ ਹੋਏਗਾ ਔਰ ਪਿਛਲੇ 70 ਸਾਲਾਂ 'ਚ ਮੇਣੇ ਦੇਣ ਤੋਂ ਬਿਨਾ ਹੋਰ ਕੁਝ ਹੋਇਆ ਵੀ ਨਹੀਂ ਸੋ ਕੌਣ ਜ਼ਿੰਮੇਵਾਰ ਹੈ ਕਿਹੜਾ ਬੰਦੇ ਨੂੰ ਅੱਗੇ ਤਰੱਕੀ ਦੇ ਵਿੱਚ ਅੱਗੇ ਲੱਗਣਾ ਚਾਹੀਦਾ ਹੈ ਜਿਸ ਬੰਦੇ ਨੂੰ ਵੀ ਲੋਕ ਸ਼ਕਤੀ ਦਿੰਦੇ ਆ ਮੈਂ ਸਮਝਦਾ ਉਸ ਬੰਦੇ ਦਾ ਫਰਜ਼ ਬਣਦਾ ਹੈ ਕਿ ਉਹ ਅੱਗੇ ਲੱਕੇ ਦੂਜਿਆਂ ਸਾਥੀਆਂ ਨੂੰ ਨਾਲ ਲਵੇ ਔਰ ਨਾਲ ਲੈ ਕੇ ਕੋਸ਼ਿਸ਼ ਕਰੇ ਕਿ ਜਿਹੜੇ ਪੰਜਾਬ ਦੇ ਮਸਲੇ ਪਿਛਲੇ 70 ਸਾਲਾਂ ਤੋਂ اٹਕੇ ਹੋਏ ਆ ਜਿਹੜੇ ਮਸਲੇ 50 ਸਾਲ ਤੋਂ اٹਕੇ ਹੋਏ ਆ ਜਿਹੜੇ ਮਸਲਿਆਂ ਪਿੱਛੇ ਅਸੀਂ ਇੰਨਾ ਖੂਨ ਵਹਾਇਆ ਅਸੀਂ ਉਹਨਾਂ ਬਾਰੇ ਵਿਚਾਰਤਾ ਕਰੀਏ ਹਾਲਤ ਤਾਂ ਸਾਡੀ ਇਹ ਹੈ ਨਸ਼ਿਆਂ ਦੀ ਬੜੀ ਵੱਡੀ ਗੱਲ ਮੈਂ ਤੁਹਾਨੂੰ ਸੁਣਾਉਂਦਾ ਮੈਂ ਐਸਐਸਪੀਸੀ ਤਰਨਤਾਰਨ ਤੇ 97 ਦੇ ਵਿੱਚ 83.6 ਕਿਜੀ ਹਿਰੋਇਨ ਫੜ ਲਈ ਸ਼ਾਇਦ ਇਦਾਂ ਕਿਦਾ ਵਰਲਡ ਰਿਕਾਰਡ ਹੈਗਾ ਤੇ ਅਗਲੇ ਦਿਨ ਮੇਰੀ ਬਦਲੀ ਹੋ ਗਈ ਤੇ ਕਹਿੰਦੇ ਸੀ 10% ਨਾ ਮਿਲੇਗਾ ਮੈਨੂੰ ਅਦਾਲਤਾਂ 'ਚ ਘੁੰਮਦੇ ਰਹੇ ਮੇਰੇ ਖਰਚਾ 50-60 ਲੱਖ ਰੁਪਏ ਮੇਰਾ ਲੱਗਿਆ ਆਪਣੀ ਜਾਨ ਛਡਾਉਣ ਨੂੰ ਕਿਉਂਕਿ ਉਹ ਬੰਦੇ ਜਿਹੜੇ ਸਮੱਗਲਰ ਸੀ ਉਹ ਤਾਕਤਵਰ ਸੀ ਫਿਰ ਅਸੀਂ ਸੋਚਦੇ ਆ ਕਿ ਨਾ ਜਿਹੜੇ ਇਹ ਸਾਡੇ ਨਸ਼ੇ ਬੰਦ ਹੋ ਜਾਣਗੇ ਜਿਹੜੇ ਬਧੇ ਨਸ਼ਾ ਦੇ ਬਾਰੇ ਵੀ ਇਹ ਜਿਹੜੀ ਸਾਡੀ ਪੰਜਾਬ ਦੀਆਂ ਇੱਕ ਨਹੀਂ ਅਨੇਕਾ ਸਮੱਸਿਆ ਇਹ ਸਭ ਤੋਂ ਤਕੜਾ ਦੇਸ਼ ਸੀ ਔਰ ਅੱਜ ਜਿਹੜੀਆਂ ਸਾਡੇ ਨੌਜਵਾਨ ਹੈ ਐਸ ਵਾਰੀ ਤੁਸੀਂ ਸਕੂਲਾਂ ਖੇਡਾਂ ਦੇ ਦੇਖੋ 7ਵੇਂ ਨੰਬਰ ਤੇ ਆਏ ਕੋਈ ਟੀਮ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਕੋਈ ਸ਼ਾਇਦ ਕਿਤੇ ਆ ਜਾਏ ਕੋਈ ਸਾਡੀ ਖੇਡਾਂ ਦੀ ਵੀ ਨੀਤੀ ਨਹੀਂ ਬਣੀ ਕੋਈ ਅਸੀਂ ਸਮਾਜ ਨੂੰ ਤਰੱਕੀ ਕਰਨ ਵਾਸਤੇ ਜਿਹੜੇ ਵਿਦਵਾਨ ਸੱਜਣ ਇੱਥੇ ਬੈਠੇ ਨੇ ਬਹੁਤ ਅੱਛੇ-ਅੱਛੇ ਲੋਕ ਬੈਠੇ ਆ ਪੰਜਾਬ ਦੇ ਵਿੱਚ ਜਿਹੜਾ ਜੋ ਕਤਲੋਗਾਰਤ ਹੋਈ ਹੈ ਇਹ ਕਿਉਂ ਹੋਈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਔਰ ਅੱਗੇ ਲਈ ਅਸੀਂ ਕਿਵੇਂ ਇਹਨੂੰ ਰੋਕ ਸਕਦੇ ਆ ਕਿਸ ਤਰ੍ਹਾਂ ਅੱਗੇ ਵਧਾ ਸਕਦੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਦਾ ਵਿਸ਼ਾ ਹੈ ਔਰ ਭਾਰਤੀ ਜਨਤਾ ਪਾਰਟੀ ਜਿਹਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਜਿੱਥੋਂ ਤੱਕ ਪੰਜਾਬ ਦਾ ਮਸਲਾ ਹੈ ਅਸੀਂ ਸਾਰੀਆਂ ਪਾਰਟੀਆਂ ਦੇ ਨਾਲ ਹੈ ਅਸੀਂ ਪੰਜਾਬ ਦੇ ਹਰ ਮਸਲੇ ਵਾਸਤੇ ਜੋ ਵੀ ਕੋਈ ਵੀ ਸਾਥੀ ਨਾਲ ਚੱਲਦਾ ਹੈ ਅਸੀਂ ਉਹਦੇ ਨਾਲ ਅੱਗੇ ਤੱਕ ਮੋੜੇ ਤੇ ਨਾਲ ਮੋੜਾ ਲਾ ਕੇ ਚੱਲਾਂਗੇ ਭਾਵੇਂ ਪੰਜਾਬੀ ਦੀ ਤਰੱਕੀ ਹੋਵੇ ਭਾਵੇਂ ਇੰਡਸਟਰੀ ਦੀ ਤਰੱਕੀ ਹੋਵੇ ਭਾਵੇਂ ਹੋਰ ਵੀ ਕਿਸੇ ਕਿਸਮ ਦਾ ਵੀ ਜਿਹੜਾ ਨੌਜਵਾਨਾਂ ਵਾਸਤੇ ਜੋ ਹੋਣਾ ਚਾਹੀਦਾ ਮੈਂ ਸਮਝਦਾ ਉਹ ਜ਼ਰੂਰ ਹੋਣਾ ਚਾਹੀਦਾ ਮੇਰੇ ਤੋਂ ਵੱਡੇ ਭਰਾ ਚੰਦੂ ਮਾਜਰਾ ਸਾਹਿਬ ਬੈਠੇ ਨੇ ਇਹਨਾਂ ਦੇ ਅਸੀਂ ਸਹਿਯੋਗੀ ਆ ਬਾਕੀ ਗੱਲਾਂ ਤੁਹਾਡੇ ਨਾਲ ਸਾਰੀਆਂ ਇਹ ਕਰਨਗੇ ਤੁਹਾਡਾ ਸ਼ਬਦ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਮਿਹਰਬਾਨੀ ਲਾਲਪੁਰਾ ਜੀ ਔਰ ਲਾਲਪੁਰਾ ਜੀ ਨੇ ਇੱਕ ਗੱਲ ਹੋਰ ਨਾਲ ਜੋੜ ਦਿੱਤੀ ਹੈ ਕਿ ਸਿਰਫ ਭਾਸ਼ਾ ਦਾ ਮਸਲਾ ਹੀ ਨਹੀਂ ਪੰਜਾਬ ਦੇ ਬਾਕੀ ਮਸਲੇ ਵੀ ਜਿਹਦੇ ਵਿੱਚ ਪਾਣੀਆਂ ਦਾ ਮਸਲਾ ਵੀ ਹੈ ਉਹ ਵੀ ਸਾਂਝੇ ਤੌਰ ਤੇ ਔਰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਵਿਚਾਰਨ ਦੀ ਔਰ ਉਹਦੇ ਉੱਤੇ ਵੀ ਅੱਗੇ ਵਧਣ ਦੀ ਜ਼ਰੂਰਤ ਹੈ ਤੇ ਹੁਣ ਮੈਂ ਬੇਨਤੀ ਕਰੂੰਗਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਜੀ ਨੂੰ ਕਿ ਉਹ ਆਪਣੀ ਪਾਰਟੀ ਦਾ ਪੱਖ ਰੱਖਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਨਿਧਤਾ ਕਰਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਤਿਕਾਰਯੋਗ ਮਾਜਦੇ ਬੈਠੇ ਮੇਰੇ ਆਗੂ ਸਭਾਨ ਤੇ ਸਾਹਮਣੇ ਬੈਠੇ ਪੰਜਾਬੀ ਪ੍ਰੇਮੀਆਂ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਪਹਿਲਾਂ ਤਾਂ ਮੈਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਦਾ ਸਹਿਯੋਗੀਆਂ ਦਾ ਔਰ ਖਾਸ ਤੌਰ ਤੇ ਸਰੋਤਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਬਹੁਤ ਹੀ ਦਿਲਚਸਪੀ ਦੇ ਨਾਲ ਜਿਸ ਤਰ੍ਹਾਂ ਇਹ ਕਾਨਫਰੰਸ ਦੀ ਕਾਰਵਾਈ ਸੁਣ ਰਹੇ ਨੇ ਮੈਂ ਪ੍ਰੋਫੈਸਰ ਵੀ ਰਿਹਾ ਲੈਕਚਰਰ ਰਿਹਾ ਇਕਨੋਮਿਸ ਦਾ ਆਮ ਤੌਰ ਤੇ ਸਰੋਤੇ ਥੋੜੀ देर बाद ਬੇਸਲੇ ਹੋ ਜਾਂਦੇ ਆ ਜਾਂ ਤੰਗ ਆ ਜਾਂਦੇ ਆ ਪਰ ਮੈਂ ਦੇਖ ਰਿਹਾ ਸੀ ਕੱਲੇ-ਕੱਲੇ ਸਰੋਤੇ ਵੱਲ ਕਿ ਸਾਰੇ ਗਹਿਰਤਾ ਨਾਲ ਸੁਣ ਰਹੇ ਸੀ ਔਰ ਇਹਦਾ ਵੱਡਾ ਕਾਰਨ ਜੋ ਮੈਂ ਸਮਝਦਾ ਕਿ ਜਿਹੜੇ ਵਿਸ਼ੇ ਵਿਸ਼ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਨੇ ਲਏ ਖਾਸ ਤੌਰ ਤੇ ਮਾਨਕ ਜੀ ਬੈਠੇ ਨੇ ਹੰਸਪਾਲ ਜੀ ਬੈਠੇ ਨੇ ਰਵੇਲ ਸਿੰਘ ਹੋਰੀ ਬੈਠੇ ਨੇ ਜੋਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵਾਈਸ ਚਾਂਸਲਰ ਸਹਿਬਾਨ ਸਰਵਾਰਾ ਸਿੰਘ ਜੌਹਲ ਜੀ ਤੇ ਕੁਮਰ ਸਾਹਿਬ ਔਰ ਬੜੀਆਂ ਉਗੀਆਂ ਸ਼ਖਸ਼ੇਤਾ ਨੂੰ ਸ਼ਾਮਲ ਕੀਤਾ ਇਹ ਇਸ ਗੱਲ ਦਾ ਇੱਕ ਮੈਸੇਜ ਆ ਕਿ ਪ੍ਰਬੰਧਕ ਵੀ ਇਹ ਸਾਰੇ ਵਿਸ਼ਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਸਰੋਤੇ ਵੀ ਗਹਿਿਰਤਾ ਨਾਲ ਲੈ ਰਹੇ ਜਿੱਥੇ ਤੱਕ ਵਿਸ਼ਿਆਂ ਦਾ ਸਵਾਲ ਆ ਮੈਂ ਆਰਸੀ ਸਾਹਿਬ ਨਾਲ ਸਹਿਮਤਾ ਕਿ ਵਿਸ਼ੇ ਬਹੁਤ ਵੱਡੇ ਵੱਧ ਰੱਖਤੇ ਇਹ ਵਿਸ਼ੇ ਤੇ ਵਿਸ਼ੇ ਹੈ ਸਾਰੇ ਜ਼ਰੂਰੀ ਪਰ ਜਾਂ ਤਾਂ ਹਰ ਵਿਸ਼ੇ ਤੇ ਅੱਡ-ਅੱਡ ਸੈਸ਼ਨ ਹੋ ਜਾਂਦਾ ਫੇਰ ਤਾਂ ਖੁੱਲ ਕੇ ਕੋਈ ਆਪਣੀ ਪਾਰਟੀ ਦੀ رائے ਰੱਖ ਸਕਦਾ ਨਹੀਂ ਤਾਂ ਮਾੜਾ ਮੋਟਾ ਨਾ ਮਾਤਰ ਗੱਲਾਂ ਕਰਕੇ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਦਾ ਵੈਸੇ ਵੀ ਅਸੀਂ ਚਾਹ ਪੀ ਰਹੇ ਸੀ ਉਦੋਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਤਿੰਨ ਚੁਣੌਤੀਆਂ ਨੇ ਖੇਤੀ ਸੰਕਟ ਦੀ ਚਰਾਂ